very respected Professor Deep Singh, Professor Rim Bhagwaji, Dr. Natinder Singh, Dr. Patti Saab, Dr. Nagpal, Dr. Jinder Kaur, Dr. Tukral Saab, faculty members, students, ladies and gentlemen. It's a matter of extreme pleasure, extreme pride for me to be here. I am associated with this place, I will say, not belonging to this place. I have longer associated than anybody else, anybody sitting over here. I'll speak in Punjabi also for three sentences, maybe later on also. But first of all, thanks to Dr. Patti Saab for so nice words. Patti Saab, my dad, my mother, that's such a thank you very much. So nice of you. ਨਾ ਹੀ ਦਸਵੀਂ ਗਿਆ ਨਹੀਂ ਕਹਿਣ ਵੀ ਬੁਝੀ ਛੇ ਮਹੀਨੇ ਗੱਡੀ ਚੱਲਦੀ ਹੁੰਦੀ ਸੀ ਦੋ ਜਣੇ ਸੀ ਆਪਣੇ ਪਿੰਡ ਤੋਂ ਸਟੇਸ਼ਨ ਤੋਂ ਸਕੂਲ ਤੱਕ ਤੁਰ ਕੇ ਆਉਂਦੇ ਸੀ ਤੁਰ ਕੇ ਜਾਂਦੇ ਸੀ ਛੇ ਮਹੀਨੇ ਫਿਰ ਜਿਹੜੀ ਅੰਮ੍ਰਿਤਸਰ ਤੋਂ ਤੁਹਾਨੂੰ ਬੱਸ ਸੀਗੀ ਉਹ ਚਾਟੀਗੜ੍ਹ ਰੁਕ ਜਾਂਦੀ ਸੀ ਉੱਥੋਂ ਹਾਲਗੇਟ ਤੱਕ ਦਾ ਰਿਕਸ਼ਾ ਲੈਣਾ ਦੋ ਆਨੇ 'ਚ ਅਤੇ ਪੌੜੀਆਂ ਕੋਲ ਆਪਣੇ ਤਾਂ ਦੇਖਦੇ ਹੀ ਨਹੀਂ ਗਏ ਉੱਥੋਂ ਹਾਲਗੇਟ ਤੋਂ ਤੁਰ ਕੇ ਪੌੜੀਆਂ ਕੋਲ ਟੱਪ ਕੇ ਜੇ ਤਾਂ ਕੰਮ ਤਿੰਨ ਨਹੀਂ ਮਿਲ ਜਾਣੇ ਅਤੇ ਖਾਲਸਾ ਤੱਕ ਦਾ ਰਿਕਸ਼ਾ ਲੈਣਾ ਦੋ ਨੇ ਮਿਲੇ ਪਤਲੀ ਕਰ ਉੱਥੇ ਤੁਰ ਕੇ ਆਉਂਦਾ ਸੋ ਆਈ ਵਾਜ਼ ਇਨ ਖਾਲਸਾ ਦਾ ਜਮ ਸਾਫਰ ਸਾਹਿਬ ਜੀ ਥ੍ਰੀ ਈਅਰ ਦੀ ਸਕੂਲ ਦੇ ਇੰਟਰੈਕਟ ਹੋ ਰਹੀ ਹੈ ਹਿੰਦੀ ਕਾਲਜ ਆਈ ਜੋਇਨ ਫਸਟ ਈਅਰ 1963 ਉਦੋਂ ਬੀ ਐੱਸ ਸੀ ਐਗਰੀਕਲਚਰ ਨਵਾਂ ਗ੍ਰੈਜੂਏਸ਼ਨ ਤੀਸਰਾ ਸਾਲ ਸੀਗਾ ਪਹਿਲਾਂ ਬੀ ਐੱਸ ਸੀ ਐਗਰੀਕਲਚਰ ਤਿੰਨ ਸਾਲ ਦੀ ਸੀ ਔਰ ਬਹੁਤ ਬੱਚੇ ਫੇਲੇ ਉਹਦੇ 'ਚ ਪਹਿਲੀ ਕਲਾਸ 'ਚ ਡਾਕਟਰ ਕਰਮ ਸਿੰਘ ਅਕਨੋਮਿਕਸ ਵਾਲੇ ਨਾਂ ਸੁਣਿਆ ਅਕਨੋਮਿਕਸ ਵਾਲੇ ਤਾਂ ਹੈ ਨਹੀਂ ਜੇ ਇਹ ਬਸ ਉਹਨਾਂ ਸਾਰਾ ਫਸਟ ਹੋ ਮੇਰਾ ਸੀ ਸਿਰਫ 10 ਬੱਚੇ ਪਾਸ ਹੋਏ ਸੀ ਖਾਲਸਾ ਕਾਲਜ ਦੇ ਅਤੇ ਪੀ ਜੀ ਦੇ ਸਾਰੇ ਫੇਲ ਹੋਏ ਸੀ ਪੀ ਜੀ ਵਾਜ਼ ਐਟ ਦਾ ਟਾਈਮ ਕਾਲਜ ਇਕੱਠਾ ਸੀ ਐਗਜ਼ਾਮੀਨੇਸ਼ਨ ਉਹਦਾ ਕਾਰਨ ਮੇਰੇ ਹਿਸਾਬ ਨਾਲ ਇਹ ਸੀਗਾ ਕਿ ਪੀ ਜੀ ਜ਼ਿਆਦਾ ਅਥੋਰਟੀ ਹਾਇਰ ਸਟੇਟ ਯੂਨੀਵਰਸਿਟੀ ਪੀ ਜੀ ਕਰਨੀ ਸੀ ਦੈਟ ਮੇ ਬੀ ਰੀਜ਼ਨ ਦੂਜੀ ਵਾਰੀ ਮੇਰੇ ਕੋਲ 30-40 ਪਾਸ ਹੋਏ ਸੀ ਸਟ੍ਰਾਈਕ ਹੋ ਗਈ ਤਰਤਾਲੀ ਦਿਨ ਸਟ੍ਰਾਈਕ ਚ ਨਹੀਂ ਸਰਦਾਰ ਸ਼ਾਮ ਸਿੰਘ ਕਪੂਰ ਪ੍ਰਿੰਸੀਪਲ ਸੀ ਵਾਈਸ ਪ੍ਰਿੰਸੀਪਲ ਨੂੰ ਚਾਰਜ ਮਿਲਿਆ ਸੀ ਫਿਰ 1964 ਅਗਲੀ ਮੈਨੂੰ ਮਹੀਨਾ ਯਾਦ ਨਹੀਂ ਸਮੁੰਦਰੀ ਸਾਹਿਬ ਆਏ ਸੀ ਐਂਡ ਇਫ ਆਈ ਰਿਮੈਂਬਰ ਐਗਜੈਕਟਲੀ ਕਿਉਂ ਮੇਰਾ ਸਮੁੰਦਰੀ ਸਾਹਿਬ ਨਾਲ ਵਾ ਕਾਫੀ ਗੱਲ ਕਰ ਇੱਕ ਮਿੰਟ ਦੱਸਦਾ ਇਫ ਆਈ ਰਿਮੈਂਬਰ ਕਰੈਕਟਲੀ 434 ਸਟੂਡੈਂਟ ਡਾਕਟਰ ਸਮੁੰਦਰੀ ਸਾਹਿਬ ਆਏ ਸੀ ਜਦੋਂ ਛੱਡੇ ਤਾਂ 3600 ਦੱਸਿਆ ਉਹ ਮੈਨੂੰ ਇੰਨਾ ਹੁੰਦਾ ਸੀ ਸੋ ਆਈ ਹੈਵ ਆਈ ਸਾ ਹਿਮ ਫਾਰ ਮੋਰ ਦੈਨ 3 ਈਅਰਸ ਫਾਈਨਲ ਈਅਰ ਵਿੱਚ ਸਾਡੀ ਕਲਾਸ ਬਾਕੀ ਸਾਰੇ ਬੀ ਐੱਸ ਸੀ ਜਿਹੜੀ ਸੀਗੀ ਐੱਮ ਏ ਦੀ ਕਲਾਸ ਛੱਡਦੇ ਹੋਏ ਅਸੀਂ ਨੇ ਉਸ 4 ਸਾਲ ਦੀ ਮੁਕਾ ਕੇ ਜਿਤਨਾ ਕਲਾਸ 'ਚ ਹੁੰਦਾ ਇਲੈਕਸ਼ਨ ਹੋ ਰਹੀ ਸੀ ਸੈਂਟਰਲ ਐਸੋਸੀਏਸ਼ਨ ਸਟੂਡੈਂਟ ਐਸੋਸੀਏਸ਼ਨ ਇਹ ਕਿ ਜਾਣਾ ਕਹਿੰਦਾ ਮੈਂ ਹੋਣਾ ਦੂਜੇ ਕਹਿੰਦੇ ਮੈਂ ਨਹੀਂ ਮੈਂ ਹੋਣੀ ਸਾਰੀ ਕਲਾਸ ਇਕੱਠੀ ਦੀ ਠੀਕ ਹੈ ਨਹੀਂ ਵੀ ਅਤੇ ਨਿਊਟਰਲ ਬੰਦੇ ਨੇ ਬੜਾ ਸਾਡੀ ਸੀਨੀਅਰ ਮੋਸਟ ਕਲਾਸ ਸੋ ਆਈ ਵਾਜ਼ ਚੋਜ਼ਨ ਐਜ਼ ਅ ਕਲਾਸ ਅਤੇ ਸਮੁੰਦਰੀ ਸਾਹਿਬ ਮੈਨੂੰ ਸਰਪੰਚ ਕਹਿਣ ਲੱਗ ਪਏ ਅੱਜ ਜਿਹੜੀ ਫੋਟੋ ਵੀ ਐੱਸ ਵਿੱਚ ਲਿਖਿਆ ਬਲਵਿੰਦਰ ਸਿੰਘ ਸਰਪੰਚ ਅਤੇ ਮੰਮੀ ਉਹਦਾ ਨਾਮ ਨਾ ਬਾਅਦ ਚ ਹੀ ਵਾਜ਼ ਵੈਰੀ ਕਾਈਂਡ ਹਾਰਟਡ ਡੰਡਾ ਵੀ ਸ਼ਾਇਦ ਹੱਥ ਚ ਲੈ ਜਾਂ ਡੰਡਾ ਨਹੀਂ ਵੇਖਿਆ ਪਰ ਗੁੱਸੇ 'ਚ ਨਹੀਂ ਹੁੰਦਾ ਕਦੇ ਵੀ ਐਗਰੀਕਲਚਰ ਦਾ ਕੰਮ ਕੀ ਸਟ੍ਰਾਈਕ ਕਰਨਾ ਅਸੀਂ ਰੋਜ਼ ਸਟ੍ਰਾਈਕ ਕਰਨੀ ਉਹਨਾਂ ਮਗਰੋਂ ਕਿੱਥੇ ਜਾਂਦੇ ਹੋ ਸਰਪੰਚ ਕਿੱਧਰ ਜਾ ਰਹੇ ਕਿੱਥੇ ਲੈ ਕੇ ਜਾ ਰਹੇ ਚਾਰ ਮਿੰਟ ਜਾ ਰਹੇ ਇੱਥੇ ਜਾ ਕੇ ਉੱਧਰ ਨਾ ਪੈ ਜਾਣਾ ਸੱਚ ਏ ਫੈਕਸ਼ਨੇਟ ਪਰਸਨ ਵੰਡਰਫੁਲ ਐਡਮਿਨਿਸਟ੍ਰੇਟਰ ਵੰਡਰਫੁਲ ਲਾਸਟ ਈਅਰ ਉਹਨਾਂ ਨੇ ਇੱਕ ਸਾਲ ਸਾਨੂੰ ਐਕਸਟੈਂਸ਼ਨ ਕਰਾਈ ਵੀ 8-9 ਸਵੇਰੇ ਸੌਂਦੇ ਯੂਅਰ ਸਪੀਚਰ ਆਫ ਸਾਹਿਬ ਮੈਂ ਕਹਾਂ ਵੀ ਹਿਊਮਨ ਬੀਇੰਗ ਪਾਰ ਐਕਸਲੈਂਸ ਹੀ ਨਿਊ ਹਾਊ ਟੂ ਟੈਕਲ ਸਿਚੁਏਸ਼ਨ ਹਾਊ ਟੂ ਬੀ ਸੋ ਇਹ ਤੋਂ ਜ਼ਿਆਦਾ ਖੁਸ਼ੀ ਕੀ ਹੋ ਸਕਦੀ ਕਿ ਆਪਣਾ ਟੀਚਰ ਇੱਕ ਕਿਸਮ ਦਾ ਰਹਿਬਰ ਵੀ ਕਹੂੰਗਾ ਲੁਧਿਆਣੇ ਦਾ ਰਿਸ਼ਤੇਦਾਰ ਸੀ ਪੰਮੀ ਸਿੰਘ ਸੈਕਿੰਡ ਰੱਖੇ ਉਹਨਾਂ ਦੇ ਉਹ ਲੁਧਿਆਣੇ ਦਿੰਦੇ ਸੀ ਤਾਂ ਉਹਦੇ ਡਾਕਟਰ ਖੈਰ ਉਹਨਾਂ ਰਿਸ਼ਤੇਦਾਰੀ ਸੀ ਮਗਰੇ ਬਹੁਤ ਮੇਅਰ ਕਰਦੇ ਆ ਸੋ ਮੈਂ ਬਹੁਤ ਖੁਸ਼ ਨਸੀਬ ਮਹਿਸੂਸ ਕਰ ਰਿਹਾ ਕਿ ਮੈਨੂੰ ਇਸ ਲੈਕਚਰ ਨਹੀਂ ਬੁਲਾਇਆ ਗਿਆ ਆ ਜੀ ਥਾਂ ਇੱਥੇ ਮਾਰਕੇ ਦੇ ਬੂਟੇ ਦੇ ਪਾਸੇ ਦਾ ਨਹੀਂ
ਕਦੀ ਕਦੀ ਖਾਣ ਵੀ ਆ ਜਾਂਦਾ ਸੀ ਮਗਰ ਮਗਰ ਠੇਕੇ ਦਾ ਲੱਗ ਜਾ ਕੇ ਸਿੱਖਿਆ ਹੁੰਦਾ ਵਾ ਸੋ ਐਸੋਸੀਏਸ਼ਨ ਵਿਦ ਦਿਸ ਪਲੇਸ ਦਿਸ ਲੈਂਡ ਫਾਰ ਸੱਚ ਅ ਲੌਂਗ ਟਾਈਮ ਫਿਰ ਡਾਕਟਰ ਸਾਹਿਬ ਜੀ ਤਿੰਨ ਚਾਰ ਮਹੀਨੇ ਨੇ ਚਾਰ ਮਹੀਨੇ ਸੋ ਦੈਨ ਇੱਕ ਹੋਰ ਗੱਲ ਫਾਰ ਯੋਰ ਇਨਫੋਰਮੇਸ਼ਨ ਜਦੋਂ ਪਾਰਟੀਸ਼ਨ ਹੋਈ ਆ ਨਾ ਅਤੇ ਲਹਿਰਪੁਰ ਦਾ ਕਾਲਜ ਪਹਿਲਾਂ ਖਾਲਸਾ ਕਾਲਜ ਆਇਆ ਜਿਸ ਦਿਨ ਖਾਲਸਾ ਸੀ ਸਮੁੰਦਰੀ ਸਰ ਹੀ ਮਸਟ ਹੈਵ ਬਿਨ ਨੀਅਰ ਖਾਲਸਾ ਕਾਲਜ ਆਸੋ ਇਨ 1947 ਏਜ ਜਦੋਂ ਤੋਂ ਸ਼ੁਰੂ ਹੋਈ ਕੁਛ ਦੇ ਤੋਂ ਟੈਂਟ ਸਪਰੈਡ ਰਿਹਾ ਮੈਂ ਦੈਨ ਟੂ ਦੀ ਬੈਸਟ ਆਫ ਮੈਮਰੀ ਜੇ ਤੁਸੀਂ ਕੈਪਟਨ ਦੱਸੇ ਦੋ ਮੈਡਮ ਆਪਣੇ ਚਰਨਜੀਤ ਸਿੰਘ ਦੇ ਉੱਪਰ ਗੁਲਾਮ ਮਸੂਦ ਸੀ ਪ੍ਰੋਬਲੀ ਜੋ ਮੈਨੂੰ ਐਗਜੈਕਟਲੀ ਯਾਦ ਨਹੀਂ ਆਪਣੇ ਅੰਦਰ ਯਾਦ ਹੈ ਪਰ ਉਹ ਤੋਂ ਗੁਲਾਮ ਮਸੂਦ ਸੀ So with these words, I start with the presentation. Punjab agriculture. Sari grade ko na Punjabi allowed hai thodi bahut. Allowed hai jee. Bade agriculture ko expert hai koi akhbar roz khol lo. Kheti sankat, kheti sankat, kheti sankat. Jis karke main present scenario concerns ki hai, misconceptions ki hai. Agge ki hona chahiye. Ede baare kuch bolunga. ਇਹ ਸਾਇੰਸ ਕੋਈ ਨਹੀਂ ਮਤਲਬ ਕੋਈ ਨਹੀਂ ਨਾ ਜੈਨਟਿਕਸ ਹੈ ਨਾ ਬ੍ਰੀਡਿੰਗ ਹੈ ਭੱਟੀ ਸਾਹਿਬ ਉਹ ਭੁੱਲ ਗਈ ਅੱਠਾਂ ਸਾਲਾਂ ਨੇ ਸਭ ਕੁਝ ਭੁਲਾ ਤਾ ਬਾਈ ਚਾਂਸ ਨੇ ਸਾਰੀ ਸਾਇੰਸ ਭੁਲਾ ਤੀ ਐਨੀਵੇ ਉਹ ਜਿਹੜੀ ਸਾਇੰਸ ਸੀ ਉਹਦੇ ਕਰਕੇ ਹੀ ਇਹ ਪਰਮਾਤਮਾ ਨੇ ਇਹਦੇ ਕਰਕੇ ਨੰਬਰ ਦਿੱਤਾ ਕਿ ਚਲੋ ਪੀਪੀ ਜੀ ਦੀ ਸੇਵਾ ਕਰੋ ਜਸਟ ਬੇਸਿਕ ਫੀਚਰਸ ਆਫ ਪੰਜਾਬ ਐਗਰੀਕਲਚਰ 1.5% geographical area and we are contributing 17% of wheat, 11% of rice, 4% of cotton of the country, but see at the national level, 2% rice, 3% wheat, 1% cotton, world level. And if you see exportable surplus, which is much more important, with respect to rice, Punjab, toon, chona jira baar ja raha hai, chona and basmati. We competed Thailand, Thailand to export. Sometimes we are number one, sometimes Thailand is number one. And if you think in terms of wheat, then the situation varies. Sometimes third, fourth, fifth, various countries, Australia, Argentina, US, any country. Then we contribute to 23%, this is the problem. 23% of the state GDP and productivity of 50-55% rural population. The workforce is 35%, and if you take rural population, it is 55% or even near 60%. So there is disparity between the income and the cropping intensity is very high, more than two crops, whereas data on jag crops. Jag, I hope you know, but because the students mostly, mere khayal jag da nahi pata. We have two main seasons, one is kharif, other is rabi. Jag is a crop just seen in between those two seasons. Aajkal, we normally hear summer more. I think what pehla, ajay, apu, ਰਿਆ ਹੈ ਏਰੀਆ ਤੋਰੀਆ ਇਜ਼ ਅਨਦਰ ਕਰੋਪ ਸਮਰ ਮੇ ਇਜ਼ ਅਨਦਰ ਕਰੋਪ ਸਮਰ ਇਸ ਸਨਫਲਾਵਰ ਇਜ਼ ਅਨਦਰ ਕਰੋਪ ਬਟ ਮੈਨੀ ਵੈਜੀਟੇਬਲਸ ਐਂਡ ਫੋਡਰ ਆਲਸੋ ਜੈਟ ਕਰੋ ਉਹਨਾਂ ਡੇਟਾ ਇਜ਼ ਨੋਟ ਬੀਨ ਕਾਰਡ ਪ੍ਰਾਪਤ ਬਟ ਜਿਹੜੀ ਅਫੀਸ਼ੀਅਲ ਫਿਗਰ ਇਟ ਇਜ਼ 200 ਵੈਰੀ ਹਾਈ ਪ੍ਰੋਡਕਟਿਵਿਟੀ ਵੈਨ ਯੂ ਕੰਸੀਡਰ ਪਰਮਲ ਐਂਡ ਵੀਟ ਵਿਚ ਇਜ਼ ਦੀ ਮੋਸਟ ਇੰਪੋਰਟੈਂਟ ਕਰੋਪਿੰਗ ਸਿਸਟਮ It is as high as any other place having the area as large as Punjab or as large as area under this cropping system. And two-thirds of the food grain moves out of the state. Number one contributed to central. Now I was started when I was a student of Khalsa College. 1962 the war we ਨਵੰਬਰ 265 ਲਾਲ ਬਹਾਦਰ ਸ਼ਾਸਤਰੀ ਸਾਹਿਬ ਜੀ ਅਨਾਊਂਸਡ ਕਿ ਮੰਡੇ ਈਵਨਿੰਗ ਰੈਸਟੋਰਾਂ ਬੰਦ ਹੋਣਗੇ ਅਸੀਂ ਉਦਣ ਰਾਤ ਨੂੰ ਬ੍ਰੈਡ ਅਤੇ ਚਾਹ ਪੀਂਦੇ ਹੁੰਦੇ ਸੀ ਪ੍ਰੀਤਲੀ ਮੈਗਜ਼ੀਨ ਉਸ ਜ਼ਮਾਨੇ ਦਾ ਪ੍ਰਸਿੱਧ ਸਭ ਤੋਂ ਪ੍ਰਸਿੱਧ ਪਾਪੂਲਰ 66 ਸੈਂਟਰਲ ਗੌਰਮੈਂਟ ਦੀ ਐਡਵਰਟਾਈਜ਼ਮੈਂਟ ਤੀਜਾ ਫੁਲਕਾ ਨਾ ਖਾਓ ਦੋ ਫੁਲਕਿਆਂ ਦਾ ਗੁਜ਼ਾਰਾ ਕਰ ਦੈਨ ਪੈਡਕ ਐਂਡ ਪੈਡਕ ਬ੍ਰਦਰਸ ਦੇ ਬਿਕੇਮ ਵੈਰੀ ਫੇਮਸ In fact, when I joined a PhD student by IR in 1969, Dr. M.S. Swaminathan was there for the institute. He referred to this book so many times. The book was that there will be famine in 1975, we have to work for that. And they said that stock, maximum food, sport, REC,
PS4 88. It was coming to India because of our population. Our country and these two others are very, very small, except Pakistan. They said that India cannot be saved. Please stop supporting India and take care of other countries. So that was the situation. That is the situation when Green Revolution came. Now there are many critics. Roj Akhbar, Roj Kehti, bade critics jehde hain. Kuch na kuch likhna bahut mahar hai Green Kehti. Hygienic ladies, I will say they serve as out of Indian. But other things are equally important. I belong to a disabled gentleman, and not reading. Jinnan bahut mehma mili hai, dujhe nani mehma nahi mili, but they also contribute to the data you have. Date of swing was changed. Even depth of swing was changed. The plume length of the Mexican varieties are smaller. The earlier varieties that we are planting at that time, C591 and 519, they were being sown, very famous crops, wheat varieties. Unan plume length was long. Then fertilizer application, everything changed. Dose, time. Even irrigation also. Dr. Pryor, very famous soil scientist of PAU at that time, he changed that ground root initiation, the time that the irrigation involved. And above all, the drummy thresher na on the te kankatar oni is. Prana jamanaj bachyo, phalayana kanko on desi ke. Odo bada, kathi karke rakhlan taar kein desi ke. Te kai kai din udikna ke hawa hogi te turi te dane blood kala. Kai kai din udikna, sara sara din wait kar dana udaun wale. ਇਸ ਤਰ੍ਹਾਂ ਦਾਣੇ ਘਰ ਆਉਂਦੇ ਸੀ ਸੋ ਜੇ ਥ੍ਰੈਸ਼ਰ ਨਾ ਆਉਂਦਾ ਨੋ ਵੀ ਉਹ ਨੋਟ ਹੈਵ ਬੀਨ ਏਬਲ ਟੂ ਗ੍ਰੇਨ ਦਰ ਬਟ ਦੈਨ ਆਫ ਕੋਰਸ ਕ੍ਰੈਡਿਟ ਕਿੰਨਾ ਤਕਾਵੀ ਮਿਲਦੀ ਸੀਗੀ ਜਦੋਂ ਪੰਜਾਬ ਗਵਰਨਮੈਂਟ ਫਰਟੀਲਾਈਜ਼ਰ ਖਰੀਦੇ ਸਾਰੇ ਇਹ ਡਾਕਟਰ ਕਾਲਕਟ ਦਾ ਲੈਕਚਰ ਡਾਕਟਰ ਕਾਲਕਟ ਵਾਸ ਐਟ ਦੈਟ ਟਾਈਮ ਜੁਆਇੰਟ ਡਾਇਰੈਕਟਰ ਬਾਅਦ ਵਿੱਚ ਡਾਇਰੈਕਟਰ ਆਈ ਕਮਿਸ਼ਨਰ ਐਗਰੀਕਲਚਰ ਹੈ ਤੇ ਪੰਜਾਬ ਮਿਨਿਸਟਰ ਬਾਚਨ ਸੀ ਹੈ ਉਹਨੂੰ ਲੈਕਚਰ ਪੜ੍ਹਨ ਨਾਲ ਇਫ ਸਮਨ ਲੀਡ ਦੇ ਕੰਸੈਂਟ ਸੋਫਟ ਕਾਪੀ 4% ਦੇ ਉੱਤੇ ਤਕਾਵੀ ਦੇ ਦਿੰਦੇ ਸੀ ਉਸ ਟਾਈਮ 'ਤੇ ਜਦੋਂ ਇਹਨਾਂ ਨੇ ਸੈਂਟਰਲ ਗਵਰਨਮੈਂਟ ਕੋਲ ਕਸਮ ਕਿ 4% ਦਿਆਂਗੇ ਤੁਸੀਂ ਤਕਾਵੀ ਬੰਦ ਕਰੋ 7% ਦੇ ਦਿੰਦੇ ਹਾਂ ਕਿਉਂਕਿ ਪੈਸੇ ਚਾਹੀਦੇ ਆ ਗਵਰਨਮੈਂਟ ਐਂਡ ਈਵਨ ਮੈਨੂੰ ਪਤਾ ਇਫ ਮੇ ਬੀ ਸਮ ਆਰ ਅਵੇਅਰ ਕੰਸੋਲੀਡੇਸ਼ਨ ਹੋਲਡਿੰਗ ਵੀ ਉਦੋਂ ਦੀਵਾਨੀ ਏਕੜ ਦੇ ਹਿਸਾਬ ਨਾਲ ਪੈਸੇ ਲਏ ਸੀ ਮੈਂ ਇਸ ਕਰਕੇ ਦੱਸ ਰਿਹਾ ਕਿ ਅੱਜ ਕੱਲ੍ਹ ਜਦੋਂ ਕੋਈ ਮੈਨ ਐਵਰ ਇਨੀਸ਼ੀਏਟਿਵ ਟੇਕਨ ਫਸਟ ਆਫ ਐਵਰੀਬਾਡੀ ਟਾਕ ਐਵਰੀਬਾਡੀ ਨੋਟ ਫਾਰਮਰਸ ਦੈਟ ਦੇ ਸ਼ੁੱਡ ਬੀ ਸਬਸਿਡੀ ਈਵਨ ਕੰਸੋਲੀਡੇਸ਼ਨ ਹੋਲਡਿੰਗ ਵੀ ਗਵਰਨਮੈਂਟ ਚਾਰਜਡ So currently central government ka 4% nahi 7% hai. So a price loan system ho shuru hai. Of course MSP and procurement. It is procurement. Everybody talks about MSP. MSP is not quasi carbon. It is procurement. Jinne help kiti. Then of course markets maniya. Sharka maniya. Kachi hindiya si pehna. So these are the factors. Of course it all started with that normally warlocks varieties, Dharma Roho, Snora 64, 18,000 million tons ਕਣਕ ਦਾ ਸੀਡ ਇੰਪੋਰਟ ਕੀਤਾ ਸੀ ਉਹਦੇ ਵਿੱਚੋਂ ਦਰਮਾ ਰੋਹੋ ਅਤੇ ਸਨੋਰਾ 64 ਪੰਜਾਬ 'ਚ ਅਸੀਂ ਪੰਜਾਬ ਪਰਫਾਰਮੈਂਸ ਚੰਗੀ ਸੀ 1966 ਵਿੱਚ ਔਰ ਇਹਦੇ ਨਾਲ ਕੁਛ ਮਟੀਰੀਅਲ ਆਇਆ ਸੀ 1962 ਦੇ ਵਿੱਚ ਐਂਡ ਡਾਕਟਰ ਡੀ ਐੱਸ ਅਗਵਾਲ ਗੁਰਬਾਗ ਸਿੰਘ ਅਗਵਾਲ ਹੂ ਵਾਜ ਐਟ ਦੈਟ ਟਾਈਮ ਹੈੱਡ ਡਿਪਾਰਟਮੈਂਟ ਆਫ ਕਮਿਊਨਿਟੀ ਹੀ ਵਰਕ ਸੋ ਫਾਸਟ ਬਿਕੋਜ਼ ਹੀ carried the seed to Lahaul Spiti. Lahaul Spiti at that time was part of Punjab. And PAU established Mijil station there when Kals came into existence. So when PAU was first to release PV80, it was not white colored, it was not emerald colored, but it was hygienic. 1966, that is it started the revolution. Then Kalyan Sonam, Kalyan is name of the village of Dr. D.S. Atwal, because he was ahead of others. ਅਦਰ ਇੰਸਟੀਚਿਊਟਸ ਕਲਿਆਣ ਕਿਲਿਆਂ ਲੱਗਾ ਸਾਰੇ ਅੱਡੋ ਅੱਡ ਤਿੰਨੇ ਇੰਸਟੀਚਿਊਟਸ ਸੋਰੀ ਆਈ ਸਟਾਰਟ ਇਨ ਪੰਜਾਬੀ ਅਗਰ ਪੜ੍ਹਦੀ ਹੈ ਸ਼ੁਰੂ 'ਚ ਇਜ਼ ਇਟ ਓਕੇ ਪੰਜਾਬੀ ਇਟਸ ਫਾਈਨ ਓਕੇ ਤਿੰਨੇ ਇੰਸਟੀਚਿਊਟ ਰਿਲੀਜ਼ ਪ੍ਰਪੋਜ਼ਲ ਲੈ ਕੇ ਆਏ ਪੰਜਾਬ ਤੋਂ ਕਲਿਆਣ ਸੀ ਦਿੱਲੀ ਤੋਂ ਸੋਨਾ 227 ਸੀ 227 ਰੀਜਨਲ ਨੰਬਰ ਸੀਗਾ ਅਤੇ ਪੰਥ ਨਗਰ ਤੋਂ ਕੱਲਾ 227 ਸੀ ਐੱਸ 227 ਫਿਰ ਕਲਿਆਣ ਸੋਨਾ ਇਹ ਸਮਝੌਤਾ ਹੋਇਆ So that was the second variety which was very long time ago. And let me tell you, when this year came, when 65 was in the life of the
ਉਹ ਸਮੁੰਦਰੀ ਜਹਾਜ਼ ਕਾਫੀ ਦੇਰ ਸਮੁੰਦਰ 'ਚ ਖੜਾ ਰਿਹਾ, ਮੁਅਸ਼ਰ ਹੋਣ ਕਰਕੇ ਜਰਮੀਨੇਸ਼ਨ ਜਿਹੜੀ ਲੋ ਹੋ ਗਈ, ਅਤੇ ਡਾਕਟਰ ਬੋਰਲੋਕ, ਦਿਸ ਆਈ ਹਰਡ ਫਰੋਮ ਡਾਕਟਰ ਬੋਰਲੋਕਸ ਮਾਊਥ, ਦੂਜਿਆਂ ਕੋਲ ਸੁਣਿਆ ਪਰ ਉਹ ਤੋਂ ਸੁਣਿਆ, ਉਹਨਾਂ ਨੇ ਰੌਕਫੈਲਰ ਫਾਊਂਡੇਸ਼ਨ ਵਾਲੇ ਨੂੰ ਐਕਸਪਲੇਨੇਸ਼ਨ ਕਰਤੀ ਸੀ ਤਾਂ ਜਿਹੜਾ ਸੀਟ 'ਤੇ ਜਿਹਾ ਜੰਮਿਆ ਕਿਉਂ ਨਹੀਂ। ਸੋ ਆਪਾਂ ਐਕਸਪਲੇਨੇਸ਼ਨ ਨਾਲ ਡਰ ਜਾਂਦੇ ਹਾਂ, ਬੜੇ ਵੱਡੇ ਵੱਡੇ ਨੇ ਐਕਸਪਲੇਨੇਸ਼ਨ ਹੋਈਆਂ, ਬਟ ਸੋ ਹੀ ਐਕਸਪਲੇਨ ਵਾਈ ਟੂ ਸੋ ਦੈਨ ਕੇਮ ਰਾਈਸ ਇੰਪਰੂਵ ਹੋਇਆ ਕਿ ਆਈ ਆਰ ਵੀਟ ਕੇਮ ਫਰੋਮ ਸਿਮਟ ਸੈਂਟਰਲ ਇੰਸਟੀਟਿਊਟ ਆਫ ਮੇਜਰ ਵੀਟ ਇੰਪਰੂਵਮੈਂਟ ਰਿਸਰਚ ਮੈਕਸੀਕੋ ਐਂਡ ਰਾਈਸ ਕੇਮ ਫਰੋਮ ਇਰੀ ਇੰਟਰਨੈਸ਼ਨਲ ਰਿਸਰਚ ਇੰਸਟੀਟਿਊਟ ਫਿਲਪਾਈਨ IR 8 1968 ਦੇ ਵਿੱਚ। ਇਹਦਾ ਵੀ ਜਿਹੜਾ ਪਹਿਲੇ ਸਾਲ 400 ਕੇਅਰ ਬੀਜਿਆ ਗਿਆ ਬਹੁਤ ਮਾੜੀ ਹਾਲਤ ਸੀ, ਕਿਉਂਕਿ ਅਗੇਨ ਟਰਾਂਸਪਲਾਂਟਡ ਟਾਈਮ ਉਹ ਸੀਗਾ ਜਿਹੜਾ ਆਪਣਾ ਅੱਗੇ ਮੀਂਹ ਪੈਣ 'ਤੇ ਸ਼ੁਰੂ ਹੁੰਦਾ, ਪਿੰਡਾਂ ਵਿੱਚ 15 ਹਾਰਟ ਸੈੱਟ ਸੀ, 15 ਹਾਰਟ ਤੋਂ ਪਹਿਲਾਂ ਹੀ 14 ਇਹ ਮੁੜ ਕੇ 14 ਪਹਿਲਾਂ ਦਾ ਆਇਆ ਜੀ, ਡੋਰੇਸ਼ਨ ਲੰਮੀ ਸੀਗੀ, ਦੂਜੇ ਸਾਲ ਤੋਂ ਫਿਰ ਇਹ ਸ਼ੁਰੂ ਹੋ ਗਿਆ। ਅਪਾਰਟ ਫਰੋਮ ਦੈਟ ਰੂਰਲ ਇਲੈਕਟ੍ਰੀਫਿਕੇਸ਼ਨ ਸਪਲਾਈ ਆਫ ਇਲੈਕਟ੍ਰੀਸਿਟੀ ਅਗੇਨ ਹੁਣ ਕਈ ਬਹੁਤ ਕਹਿੰਦੇ ਕਿ ਟੈਕਨੋਲੋਜੀ ਆ ਵਾਈ ਇਟ ਇਜ਼ ਨੋਟ ਮੀ ਓਨ ਡਾਊਟ, ਜਿੰਨਾ ਐਚ ਵੀਟ ਐਂਡ ਰਾਈਸ ਟੈਕਨੋਲੋਜੀ ਦਾ ਉਸ ਟਾਈਮ ਦੀ ਕਨਵੈਨਸ਼ਨ ਐਗਰੀਕਲਚਰ ਸੀ, ਹੁਣ ਇਸ ਲੈਵਲ 'ਤੇ ਨਹੀਂ ਆ ਸਕਦਾ। ਆਈ ਵਿਲ ਗੋ ਟੂ ਦੈਟ ਪੁਆਇੰਟ ਅਗੇਨ, ਈਵਨ ਦੈਨ ਦੀ ਗੌਰਮੈਂਟ ਸਪੋਰਟਡ ਟਿਊਬਵੈਲ ਲਾਉਣ ਦੀ ਸਾਰਾ ਲਾਈਨ ਖਰਚਾ ਗੌਰਮੈਂਟ ਨੇ ਦਿੱਤਾ ਸੀ, ਫਾਰਮਰ ਨੇ। ਸੋ ਰੂਰਲ ਰੈਕਟੀਫਿਕੇਸ਼ਨ ਔਫ ਟਿਊਬਵੈਲ ਇੰਸਟਾਲੇਸ਼ਨ ਨਾਲ ਲੈਂਡ ਰਿਕਲੇਮੇਸ਼ਨ ਆਪਣੇ 6 ਲੱਖ ਹੈਕਟੇਅਰ ਏਰੀਆ ਕਲਰ ਦਾ ਸੀ, ਜਿਹੜਾ ਆਲਮੋਸਟ ਸਾਲ ਨਹੀਂ ਦੇਖੋਗੇ ਬਹੁਤ ਘੱਟ ਕਰਾਠਾ ਏਰੀਆ ਮਿਲਦਾ। ਇਹ ਕੰਪੇਅਰ ਚਲੇ ਲੈਂਡ ਕਮਿਸ਼ਨ, ਦੂਸਰਾ ਰਾਈਸ ਕਲਟੀਵੇਸ਼ਨ ਹੈਲਪ ਇਨ ਰਿਕਲੇਮੇਸ਼ਨ ਰਿਕਲੇਮ ਆਫ ਲੈਂਡ, ਦੈਟ ਵਾਜ਼ ਪੋਜ਼ਿਟਿਵ ਇਫੈਕਟ ਆਫ ਰਾਈਸ। ਸੋ ਏਰੀਆ ਅੰਡਰ ਰਾਈਸ ਮੇਰੇ ਖਿਆਲ ਡੇਟ ਅੱਗੇ ਨਹੀਂ ਉਹਨਾਂ ਵਿੱਚ ਪਾਇਆ ਨਹੀਂ, 2 ਲੱਖ ਤੋਂ 30 ਲੱਖ ਹੋ ਗਏ, 15 ਗੁਣਾ ਏਰੀਆ ਵਧਿਆ ਪੰਜਾਬ ਦਾ ਕੰਪੇਅਰ ਟੂ 1960, 2,23,000 ਏਰੀਆ, 2,23,000 ਹੁਣ 30 ਲੱਖ ਦੇ ਕਰੀਬ ਏਰੀਆ। ਕਿਧਰ ਉੱਧਰ ਨੂੰ ਦੱਸੋ ਕਿਸ ਪਾਸੇ ਨਹੀਂ ਵੀ ਤੁਹਾਨੂੰ ਪਤਾ ਹੋਵੇ ਐਨ ਨਾ ਜਿਸ ਲੇਟਰ ਆਈ ਨੋਟ ਐਕਸਪਲੇਨ ਐਜ ਨਿਊ ਰੈਡੀਜ ਗੇਮ ਦੀ ਪ੍ਰੋਡਕਸ਼ਨ ਵੀਟ ਅਤੇ ਰਾਈਸ ਦੀ ਵੱਧਦੀ, ਦੂਜੇ ਫੈਕਟਰ ਹੁੰਦੇ ਇੰਪੋਰਟੈਂਟ ਬਟ ਰੈਟ ਇਜ਼ ਪਲੇਅਰ ਇਹ ਵੀਟ। ਸੋ ਦਿਸ ਇਜ਼ ਵਾਟ ਐਪ ਵੀਟ ਦਾ ਏਰੀਆ ਯੀਲਡ ਪ੍ਰੋਡਕਸ਼ਨ, ਆਈ ਐਜ਼ ਏ ਸਾਇੰਟਿਸਟ ਐਜ਼ ਏ ਮੇਜਰ ਬ੍ਰੀਡਰ ਐਜ਼ ਅ ਪਲਾਂਟ ਬ੍ਰੀਡਰ ਜੈਨੈਟਿਸਟ ਆਈ ਆਲਵੇਜ਼ ਡਿਸਕਸ ਇਨ ਟਰਮਸ ਆਫ ਯੀਲਡ, ਪ੍ਰੋਡਕਸ਼ਨ ਇਜ਼ ਇੰਪੋਰਟੈਂਟ ਫਾਰ ਦੀ ਗਵਰਨਮੈਂਟ। ਸੋ 12 ਕੁਇੰਟਲ ਤੋਂ ਵੀਟ 51 ਕੁਇੰਟਲ 'ਤੇ ਆਪਾਂ ਪਹੁੰਚੇ, ਪੈਡੀ ਦੇ ਵਿੱਚ 15 ਕੁਇੰਟਲ ਤੋਂ 65 ਕੁਇੰਟਲ ਤੱਕ, ਔਰ ਜੇ ਬਾਸਮਤੀ ਕੱਢਦੀ ਪਰਮਲ ਲਈ 69 ਕੁਇੰਟਲ ਤੱਕ, ਦਿਸ ਇਜ਼ ਦੀ ਪ੍ਰੋਗਰੈਸ ਵਿੱਚ ਵੀ ਆ ਮੇਡ। ਔਰਕੋਰਸ ਜਿਹੜਾ ਏਰੀਆ ਵਧਿਆ ਜਾਂ 2.27 2.23 ਕਹਿ ਗਿਆ ਸੀ ਪੈਡੀ ਦਾ, ਯੂ ਕੈਨ ਸੀ ਦੀ ਏਰੀਆ। ਪਰ ਇਹ ਨਹੀਂ ਕਿ ਦੂਜੀਆਂ ਕਰੋਪਸ ਦਾ ਏਰੀਆ ਨਹੀਂ ਵਧਿਆ ਜਿਹੜਾ ਆਮ ਤੌਰ 'ਤੇ ਕਹਿ ਦਿੰਦੇ, ਜਸ ਸੀ ਵਟ ਹੈਪਨ ਇਨ ਕੇਸ ਆਫ ਦਿਸ। 11 ਕੁਇੰਟਲ ਤੋਂ 17-18 ਦੀ ਯੀਲਡ ਜਿਹੜੀ 37 ਕੁਇੰਟਲ ਦੇ ਪੈਡੀ ਤੋਂ, 1 ਸਾਲ ਪਹਿਲਾਂ 39 ਕੁਇੰਟਲ ਤੋਂ 39 ਕੁਇੰਟਲ ਕੋਟਨ, 270 ਤੋਂ 756 ਤੱਕ ਇਸ ਸਾਲ ਦੀ ਐਕਸਪੈਕਟਡ ਯੀਲਡ ਜਿਹੜੀ 780 ਹੈ। ਇਨ ਬਿਟਵੀਨ ਰੈੱਡ ਦੇ ਵਿੱਚ 430 ਬਿਕੋਜ਼ ਦੇਰ ਵਾਜ਼ ਅਟੈਕ ਔਫ ਅਮੈਰੀਕਨ ਬੋਰਡਰ ਹੈਰੀ ਬੋਰਡਰ, ਦੈਟ ਇਜ਼ ਵਨ ਆਈ ਵਿਲ ਸੇ ਮੇਜਰ ਰੀਜ਼ਨ ਆਫ ਦੀ ਜੋ ਆਪਾਂ ਨੂੰ ਪ੍ਰੋਬਲਮ ਆ ਰਹੀਆਂ ਨੇ। ਉਦੋਂ ਬਾਅਦ ਬੀਟੀ ਕੋਟਨ ਆਈ ਜੀ ਏ ਕਰੋਸ ਬਾਅਦ ਆਮ ਤੌਰ 'ਤੇ ਡਿਸਕਸ਼ਨ ਹੁੰਦੀ ਹੈ, ਆਈ ਵਾਜ਼ ਐਟ ਦੈਟ ਟਾਈਮ ਐਟ ਦੈਲੀ, ਆਈ ਪਾਰਟ ਆਫ ਵੇਰੀਅਸ ਡਿਸੀਜਨਸ, ਪਰ ਕ੍ਰਿਟਿਸਿਜ਼ ਕਰਨਾ ਤਾਂ ਬਹੁਤ ਔਖਾ ਹੁੰਦਾ। ਸੋ ਵੈਲ ਡਾਊਨ ਅਗੇਨ ਵੀ ਕੇਮ ਆਪ ਸ਼ੂਗਰ ਕੇਨ 340 ਤੋਂ 836। ਸੋ ਦਿਸ ਇਜ਼ ਹਾਊ ਯੀਲਡ ਐਂਡ ਡੀਜ਼ ਅਦਰ ਕਰੋਸ ਆਲਸੋ, ਬਟ ਦੇਰ ਆਰ ਵੇਰੀਅਸ ਅਦਰ ਫੈਕਟਰ, ਫਾਰਮਰ ਕੀ ਪ੍ਰੋਡਿਊਸ ਕਰਦਾ, ਕੀ ਨਹੀਂ ਕਰਦਾ, ਕੀ ਕਲਟੀਵੇਟ ਕਰਦਾ, ਕੀ ਨਹੀਂ ਕਰਦਾ, ਇਟ ਡਜ਼ਨਟ ਡਿਪੈਂਡ ਸੋਲੀ ਔਨ ਯੀਲਡ। ਨਾਓ ਵੀ ਆਰ ਲੀਡਰ, ਯੂ ਸੀ ਹੇਅਰ ਵੀਟ ਪਲੱਸ ਪਰਮਲ 12.2 ਟਨ ਟੂ ਬੀ ਐਗਜੈਕਟ 1200 ਵੀ ਕੇ ਜੀ ਪਰ ਡੇ, ਐਂਡ ਡਿਪੈਂਡੈਂਸ ਔਨ ਪੰਜਾਬ
further increases when there is any problem at the national level. If you see 2004-2005, national food grain production is 198. And that year, the share of Punjab increased from 55 to 61. And next year again, government had to procure more wheat. Though in case of rice, nahi hote wale, but again, the production went down in 2018. Again, procurement of both the crops, or dependence of the nation for food security on Punjab increased whenever there was a problem at the national level. Now, in present scenario, food grain production, yes, I must say this, and certain slides, there is paddy yields, there is certain rice yields, so please don't confuse that. Cropping intensity from 126 to 205, irrigated area from 54% to nearly 100% or 99%, fertilizer use from nil or from 1 kg to 245 or 250, you can say, I will assure you, pesticide use, not available because practically pesticides not practically used, only fungicides and pesticides. Fungicides are also included in pesticides. But the use are so less that not available, and now it is given there. Number of tractor again not available. But here there is one thing, we talk of tractor or road tractorization, I will talk later on also. But you can see that number of tractors increase a little bit from 500 to 452. So, thodi bahuti jagruta aa rahi hai, come to this in detail later on. Now, what is the effect of paddy wheat cropping system? Water, depletion of groundwater, but what's the effect on water quality? Maybe rocks are not good, or some other factors, or maybe use of agrochemicals, maybe use of pesticides or this fertilizer, soil development of hardpine, mining of nutrients and their export. That we are exporting or so much of producing moving up, nobody is appreciating that. And from farmyard manure to chemical fertilizer, and all applied inputs, fertilizer, pesticide, electricity overuse because of policy or because of Punjabi nature that I have to do better than the neighbor. If he has applied one bag of urea, I will apply more than one bag. If he has 51 quintals of yield, I will want 52 quintals of yield. Mechanization, underuse of tractors, environmental, chemical, and doubling of crop residues. These are all effects of this cropping system. Now, misconceptions and issues. This is the part, first part which I like the most because nobody spoke of it earlier. We have to tell the facts. Not that there are marty okay for stagnation of crop production, deterioration of soil health of the air, fertilizer use, volumes, garlic, pesticide volumes. Again, issues here again. So, let us look at stagnation. We were at 12 quintals in 1960 and gone up to 51 quintals in case of wheat. In case of paddy from 15.5 to 69, maize from 11.4 to 39, cotton from 2.7 to 7.8, and sugarcane from 365 to 870, something like that. We cannot expect the leaf which we got in 1960s and 70s. When the yield level is low, if yield level is 10 quintal, we increase 1. Then growth rate, if someone is from here from economics, I am a very strong criticizer of growth rate concept. If there is an increase of 1 quintal, after 10 quintal, 10% increase. If there is an increase of 1 quintal, after 50 quintal, there is 0.2% increase. Moreover, plants are a biological system. They have some limit. We have limit how fast we can run. And if you are working hard, we need more intake also. ਜੇ ਪੁਰਾਣੇ ਜ਼ਮਾਨੇ 'ਚ ਹਲ ਵਾਹੁੰਦੇ ਸੀਗੇ ਤਾਂ ਦੇਸੀ ਘਿਓ ਵੀ ਖਾਂਦੇ ਪੀਂਦੇ ਸੀ ਜਦੋਂ ਐਫ ਫਰਟੀਲਾਈਜ਼ਰ ਦੀ ਗੱਲ ਹੁੰਦੀ ਆਈ ਵਿਲ ਕਮ ਟੂ ਦੈਟ ਲੇਟਰ ਔਨ ਬਟ ਆਈ ਮੀਨ ਟੂ ਸੇ ਦੈਟ ਵੀ ਕੈਨ ਨਾਟ ਐਕਸਪੈਕਟ ਦੀ ਲੀਵਸ ਆਫ 1960s ਐਂਡ 70s ਨਾਊਡੇਜ਼ ਸੋ ਆਈ ਐਮ ਪ੍ਰੈਜ਼ੈਂਟਿੰਗ ਡੇਟਾ ਡੈਕੇਡ ਵਾਈਸ ਸਟੈਟਿਸ ਦੇ ਬਾਅਦ ਤੁਹਾਨੂੰ ਬਹੁਤ ਕੁਛ ਪੜ੍ਹਿਆ ਹੋਊਗਾ ਡੈਫੀਨੇਸ਼ਨ ਪੜ੍ਹੀ ਆਈ ਡੋਂਟ ਟੂ ਰਿਪੀਟ ਦੈਟ ਹੀਅਰ ਸੋ ਆਈ ਫਿਕਸਡ ਦੀ ਡੇਟਾ ਨੋ ਦਿਸ ਵੇ ਔਰ ਦੈਟ 60-70 ਨੂੰ ਬੇਸ ਲੈ ਕੇ ਬਾਕੀ ਡਿਕੇਡ ਵਾਈਜ਼ ਡੇਟਾ ਵਾ ਜਸਟ ਟੂ ਮੇਕ ਸਿੰਪਲਰ ਸਮ ਡਿਕੇਡਸ ਆਰ ਲੈਫਟ ਐਂਡ ਆਈ ਵਿਲ ਕੰਪੇਅਰ ਓਨਲੀ ਲਾਸਟ ਟੂ ਡਿਕੇਡਸ 2001 ਤੋਂ 10 ਅਤੇ 11 ਤੋਂ 18 18-19 ਦੇ ਵਿੱਚ ਯੀਲਡ ਘਟੀਆਂ ਥੋੜ੍ਹੀ ਹੈ ਪੈਡੀ ਦੀਆਂ ਕਾਟਨ ਦੀਆਂ ਵਧੀਆਂ ਵਾ ਮੇਜ਼ ਦੀਆਂ ਸਟੇਬਲ ਆ ਵੀਟ ਦੀਆਂ ਜਾਂਦੀਆਂ
शुगर कैन वनी है सो मैं पार्टली चीख में समझा के प्रश्न की तरह पांच क्विंटल यील्ड वनी हम कई की मीट की ढाई क्विंटल यील्ड वनी है पैड़ी की 2001 तो लेके 2010 तक अबाउट 1 lakh हेक्टेयर एरिया अंडर बासमती एंड दिस डिकेड मोस्टली इट इज 4 to 5 lakhs बट 2 years 14-15 and 15-16, 8.63 and 7.62, and those who are little bit knowledgeable about agriculture, basmati yield is nearly half that of palm. In spite of that, tai ton yield wali hai, 7 ton yield mein kai di wali hai. Cotton we had problem because of white fly epidemic 2015, yield kati hai, jay wo kar diye te phir बराबर है जो इस साल की पाली तो वर् गई शुगर कैन के मोर दैन 150-150 तो ज़्यादा यील्ड वधी कितने स्टैगनेशन अखा मीट के कही जाने स्टैगनेशन बहुत रौला पै रहा मध्य प्रदेश आई डोंट मीन इफ देयर समबडी फ्रॉम आउटसाइड पंजाब आई डोंट मीन दे आर आल्सो गोइंग टू आई डोंट मीन टू मैं क्रिटिसाइज कर रहा ना कंपैरिजन अपना अपना केस तो डिफेंड कर रहा ना गुजरात के लिए बहुत तरक्की कर रहे बिहार इस करके रखे क्योंकि मैं मकई का बंदा होने करके हमेश का रेडियस मैं सवेरे फिर डिलीट करता बिहार ने डिलीट किया पर वो मैं तुझे दस दिन बाद सो मध्य प्रदेश की यील्ड है 1516 की जी अपनी 82-83 सी ला लो किन्ने साल पहले इन तिना स्टेट्स दोवों वी शुड कंपेयर मध्य प्रदेश एंड गुजरात बिहार वॉज ड्यू टू मेज राइस की यील्ड जी गुजरात के जी अपनी 73-74 की गल कर रहे उत्थे बहुत तरक्की हो रही है अखा मीट के राइस का मेज का जो डेटा कहना मेज का डेटा जवानी में याद होता मैं प्यार करना भुल गया आई वॉन्ट टू मेज दिस लैक्चर सिंपलर रादर दैन कॉम्प्लेक्स वो अपने तो 10 साल पिछे है वह मेजर कारण यह है कि वह गैप क्यों घट है कि उत्थे मिंटनेस स्टार्ट फ्रॉम बिहार दिस लार्ज एरिया अंडर मिंटनेस अपनी खरीफ मेज का जो यील्ड है 37-39 कहूँगा वेयर एज अपनी स्पिनिंग मेज की यील्ड जी वही 80-90 कर चुका इन स्पाइट ऑफ वेरी लार्ज एरिया अंडर मिंटनेस इन बिहार स्टिल दे आर 10 ईयर बिहाइंड पंजाब नैशनल लैवल पर देख लो राइस वीट के प्रोडक्टिविटी है नॉट प्रोडक्शन ਉਹਨੇ ਮੈਂ ਡਿਟੇਲ 'ਚ ਨਹੀਂ ਜਾਊਂਗਾ ਬਟ ਯੂ ਕੈਨ ਸੀ ਦੀ ਰਿਲੇਸ਼ਨ ਕੋਫੀਸ਼ੀਐਂਟ ਕਿਤਨੇ ਲਿਆ ਗਿਆ ਉੱਪਰ ਡਿਟੇਲ 'ਚ ਨਹੀਂ ਜਾਣਾ ਚਾਹੁੰਦਾ ਨੋਟ ਓਨਲੀ ਨੈਸ਼ਨਲ ਲੈਵਲ ਦੇ ਉੱਤੇ ਮੈਂ ਕਿਹਾ ਥੋੜ੍ਹਾ ਜਿਹਾ ਆਈ ਸ਼ੋਰ ਜਾਂ ਲਾਈਕ ਇਨ ਮੈਂ ਫਿਰ ਦੋ ਹੀ ਨੈਸ਼ਨਲ ਲੈਵਲ ਦੀ ਫੂਡ ਗ੍ਰੇਨ ਦੀ ਪ੍ਰੋਡਕਸ਼ਨ ਤਾਂ ਵਧੀ ਵਧੀ ਪਲਸ ਜੀ ਦੇਖ ਲਓ ਤੁਹਾਡੇ ਸਾਹਮਣੇ ਆਇਲ ਸੀ ਵੀ ਦੇਖ ਲਓ ਮਿਲਕ ਵੇਖ ਲਓ ਐਗ ਵੇਖ ਲਓ ਐਗ ਇਜ਼ ਇਨ ਮਿਲੀਅਨਸ ਬਾਕ ਸਾਰੇ ਮੈਂ ਕਰਦਾ ਨਹੀਂ ਹਾਂ ਹੇਟ ਨਹੀਂ ਕਰਦਾ ਇਹ ਡੇਟਾ ਕੁਛ ਰੀਸੈਂਟ ਪਹਿਲਾਂ ਅਵੇਲੇਬਲ ਨਹੀਂ ਹੈਗਾ ਫਰੂਟਸ ਐਂਡ ਵੈਜੀਟੇਬਲ ਦਾ ਦੇਖ ਲਓ ਦੈਨ ਯੂ ਕੈਨ ਕੰਪੇਅਰ ਪ੍ਰੋਡਕਟਿਵਿਟੀ ਆਫ ਵੀਟ ਐਂਡ ਰਾਈਸ ਪੰਜਾਬ ਵਰਸਸ ਇੰਡੀਆ 16-17 ਦਾ ਡੇਟਾ 50 ਕੰਟਰੀ 15.5 ਕੰਟਰੀ ਵਰਸਸ 62 ਕੰਟਰੀ ਦਾ ਪੈਲੀ ਸੋਰੀ 31 or 32 ਕੰਟਰੀ ਇੰਡੀਆ ਲੈਵਲ 'ਤੇ ਔਰ 62 vs 38 ਇਨ ਕੇਸ ਆਫ ਪੈਲੀ ਕਿੱਥੇ ਪਾਰ ਹੈ ਆਫ ਇੰਡੀਅਨ ਐਵਰੇਜ Now coming to misconception, second misconception of the duration of soil health and high use of fertilizers. Basic indicator of soil health, project, environment since the early days of the Jandiyandiya, it is organic carbon. Basic indicator. Average of organic carbon based on large number of data, more nearly 2 lakhs in the 80s, then 18,000, 50,000, 40,000, you will be wondering why it has happened. 1980s ਦੇ ਵਿੱਚ ਕੇ ਵੀ ਸ਼ੁਰੂ ਹੋ ਗਈ ਸੀ ਐਂਡ ਪੀ ਯੂ ਆਲਸੋ ਇੰਸਟਾਲਡ ਸੋਇਲ ਟੈਸਟਿੰਗ ਦੇ ਡਿਪਾਰਟਮੈਂਟ ਐਗਰੀਕਲਚਰ ਕ੍ਰਿਪਕੋ ਇਫਕੋ ਸੋ ਸਾਡੇ ਸੈਂਪਲ ਘੱਟੇ ਸੀ ਪਹਿਲਾਂ ਪੀ ਯੂ ਉੱਥੋਂ ਦੇ ਹੁੰਦੇ ਸੀ ਬਟ ਯੂ ਕੈਨ ਸੀ ਹੀਅਰ ਦੈਟ ਔਨ ਦੀ अंदाजा वा पक्का कोई नहीं नंबर वन इज ग्रेटर रूट बायोमास लेफ्ट इन दी बिकॉज ऑफ हायर क्रॉपिंग इंटेंसिटी मोर रूट बायोमास इज लेफ्ट इन दिस साइड नंबर टू इज कल्टीवेशन ड्यूरिंग समर सीजन व्हेन द टेंपरेचर इज वेरी हाई इन मे एंड जून द ऑर्गेनिक कार्बन यूज्ड टू बी डिग्रेडेड
Now large area has come under the crop, so the crop size is covered. So these may be the reasons. But definitely soil health has not gone down, though we have some problems. But first let us see use of NPK. It was 169 in 2000, and then it went up to 2014. But see this look here, 243, 243, 251, etc. So even though yield has increased, but still there is some sort of awareness among the farmers. And see the on the right side, when so much of produce is moving out, there is no natural recycling of nutrients. We have to apply fertilizers. But of course, yes, we have problem. You see, micro, because we are mining the nutrients and exporting them out. Zinc deficiency, first of all, sulfur deficiency, people talk about sulfur deficiency when I was student of BSA and MSc, but later on, nobody talked about that. Then zinc deficiency came, and you can see over here that we are able to manage it by zinc application. We have to play nutrients, no other alternatives. Then copper has come, iron has there, manganese, now boron and sulfur again, they are appearing. So these things are bound to be because we are mining and exporting the produce. Natural recycling is not there. Then soil test based application, at least there are some farmers, not many. Green manuring, it sometimes became popular, but our area, it became very popular in the 1980s, but again because of the problem. Biofertilizer have become important. Then one of the recommendations of PAU work in 1980s and 90s, that if we apply phosphorus to wheat, there's no need to apply to paddy, maize or cotton. If we apply fertilizer, phosphorus fertilizer in winter season, there's no need for creeps in the crops and the temperature is the same. So these things have helped us. Now high use of pesticide and residue, that is another, I would say, misconception. Yes, it was so earlier. CD consumption on insecticide, it is not pesticide also. Pesticide include insecticide, fungicide and weedicide. See, BT cotton came in 2004, after 2004. So we gave integrated pest management, I'm not going into details, and we could bring down pesticide use, insecticide use. But after that, after BT cotton came, there is such a reduction in pesticide. And recent example is integrated pest management white fly in 2015, if you see the this data in that 197, the yield was 197, and with the efforts, next year yield was 756, and if you see the row below, even pesticide use is less. 2,589 rupees less per hectare. Next year yield is 750. And pesticide use has reduced even further by 200 per hectare. How it was possible? It was possible because of hard work, because of surveillance, because of advising the farmers, because of working with the farmers, not just sitting in air conditioned room. The Haryana government, Punjab government constituted a committee in 2015 in October, November, and gave me the duty to lead that committee, and we had that. We worked in that area, Fazilka, Abur, Bathinda area, and Zaltis. In fact, my dear students, I first time learned or read the word SWOT analysis when I was director of NDP here, probably there was nothing. And I used to say, what is SWOT? If there is a challenge, how there is opportunity? If there is a threat, how there is opportunity? But this is one example that a challenge can be turned into opportunity. A threat can be turned into opportunity, which is a target for the scientists to work on. We could show that PAG technology is good. We could show that PAG is working. The faith which PAG earlier had, I will not say lost, but it has come down, that is restored. So this is one example of integrated pest management. Now, every day they knew that, they are coming. Again, 10-year data. 1-year data, I don't believe, number of samples is also given. And we have so good lab on pesticide residue, I think after Tapalsa, maybe Dr. Minder Singh.
year retired, 3 years earlier, and central government department of cooperation, a great special vision for him. He's still working. Yes, we have such a good guy. So, see, green is free, not contaminated, and then contaminated by the limit, and then red above MRI. The situation is really bad in 80s. 97% of the samples were contaminated, but it was worse in 90s. Then 92 were contaminated, but 44% were having tested above the limit. But see how see the last one. 93% are free. These are food samples, not other ones. And only 1.4%, 1.37% have pesticide residues above the limit. And most of these are in vegetables and fruits. So we have to be careful about that. Not that everything we are eating. So what are the factors? Good varieties, cultural factors, cropping systems, training rates, much in culture factor I can name any, whatever. Then monitoring, use of non-chemical. Second time I was for 3 years, puri family, 2 bache, 4 saal, sanu ek rahe antibiotic nahi ditta, all the time, purple. So same thing we are doing here also to control. Kira baat le ho spray bina karna. But still we are making progress. Ini mari haath nahi jo akhbaran ch aunda. Ki BT wale ko baitha to bas taak. Nahi nahi bahut soch rahe ho na ki kariye. Sach dasan hai bahut. Non-pesticide means neem-based, I have listed something which is recently. Neem-based pesticide, fruit fly traps, pinot, guava, mango, chlorine application, horticulture, mineral. Then, again, coming to fruit fly epidemic. It was actually a challenge for me. We didn't have any machine. Because fruit fly lays eggs and fluctuates on the lower side of the leaf. So I asked my colleagues, that what we are doing? So we got through. Suppressed that year, then also lucky seed drill, where we can just I have given the example of another equipment which we have dealt with, where we can do the swing as well as the IVG side. But equally important was efficient, less toxic green chemistry pesticide in which PAU does not, they all come from private sector. We don't have those facilities, we are important. So these are various factors which are helping us. Now, yeah, it is an issue. During 90s, decline was 25 centimeter. During 2000-2008, 84, and 8-7, 53. Why I have cut at 2008? Because the Punjab government issued ordinance 2008 that we cannot transplant rice before 10,000. So that's why we didn't go up to 2008. So if you just add up first 2 lines, we should not. As a scientist, but just to have rough estimate. 2008, first two column 84 plus 39, 123. Next 8-9 years, it is 105. So we could reduce, in spite of increase in area under paddy, and in spite of increase number of tumors. I don't know why number of tumors is increasing, but it's increasing. I don't want to dwell on that. On the right side is logs, etc. I think you are seeing that every day. Now, in 1970, it is adapted to our Dean College of Agriculture said things are going wrong. The area under rice is expanding on such a fast rate, number of tubers are coming up so much. Then, 1990, Dr. Prahar, I mentioned his name earlier also, he published a booklet. Okay, this is the situation. But nobody bothered. So nobody can say PAU ne nahi kiya. Akhbaran jaan tar te aa janda. Dr. Prahar ne booklet di photocopy karwa ke pehle bhej di, main apne table utte rakhi, jadon koi aunda option mai apne paas aa dega. So on the bottom is that what the government 2014 de vich 15 June ho gaya siga te pichle saal pichle raun to ਵੀਹ ਜੂਨ ਹੋ ਗਿਆ ਸੀ। ਕਿਸੇ ਨੇ ਨਹੀਂ ਕਿਹਾ ਕਿ 15 ਜੂਨ 2014 ਤੋਂ ਸਾਰੇ ਰੌਲਾ ਪਾਉਂਦੇ 10 ਤੋਂ 20 ਹੋ ਗਏ। ਐਵਰੀਬਾਡੀ ਸੈੱਟ 10 ਜੂਨ ਤੋਂ 20 ਜੂਨ ਕਰਤਾ, ਜਦੋਂ ਕਿ 15 ਜੂਨ 2014 'ਚ ਹੋ ਗਿਆ ਸੀ। ਸੋਰੀ, ਆਈ ਬਿਕਮ ਸਮਟਾਈਮ ਇਮੋਸ਼ਨਲ। ਸੋ
ਅਸੀਂ ਕੀ ਕਰ ਸਕਦੇ ਥੋੜ੍ਹਾ ਬਹੁਤ ਕੀਤਾ ਵੀ ਗੇਵ ਟੂ ਐਟ ਇਸ ਜਸਟ ਸੀ ਦੀ ਫਸਟ 9 days ਟੂ ਮੈਚੋਰਟੀ 20 days ਅਰਲੀਅਰ ਐਂਡ 93 days ਉਸਾ 44 ਅਗੇਨ ਆਈ ਵਿਲ ਟੈਲ ਯੂ ਦਿਸ ਸਟੋਰੀ ਆਫ ਦੈਟ ਇਟ ਵਾਸ ਅ ਬੈਸਟ ਬੈਟ ਆਫ ਪੀ ਐਸ ਜੀ ਵਨ ਆਫ ਮਾਈ ਟੀਚਰ ਇਨ ਪੀ ਏ ਡੀ ਇਟ ਇਸ ਵੈਰੀ ਵੈਰੀ ਸਿਲੈਕਟਿਡ ਟੂ ਬ੍ਰਿਟਿਸ਼ ਲੀਗ ਦੈਟ ਇਟ ਵਾਸ ਰਿਲੀਜ਼ ਫਾਰ ਕਰਨਾਟਕਾ ਐਂਡ ਆਂਧਰਾ ਪ੍ਰਦੇਸ਼ ਨੋਟ ਰਿਲੀਜ਼ ਫਾਰ ਪੰਜਾਬ ਬਟ ਇਟ ਬਿਕੇਮ ਵੈਰੀ ਪਾਪੂਲਰ ਬਿਕੋਜ਼ ਆਫ ਹਾਈਜੀਨ ਐਂਡ ਸਟੈਬਿਲਿਟੀ ਬਟ ਇਟ takes 130 days after transport. A new battery, PR 121 is 20 days earlier and 126. This literally decline, they are also less plant actually. Plant biomass is also important when you talk of managing the paddy stuff, which is again a problem. And there is a little bit decrease in paddy yield, but again I will say awareness is there among the farmers. See the area under the batteries last year. First one is 32% 121 and 16% and 13%. And not only that, there is saving in the sprays also. Water saving is there and saving in sprays also. Laser level was given by PA, I am not going to tell you because I think everybody knows laser level, which is now one of the very popular machine. Direct seeded rice, we gave it technology, it didn't become very popular, but there are certain niches. One is in Muxar, other is in Patiala. Here there is rice, right? Some areas under it. And there is a water saving that also. Then we are working extensively. We have data on almost all crops. I am presenting here selected data. That there is water saving, there is yield advantage, except in case of puddled rice. There is yield advantage. Yield advantage varies from 0 to 50%. In different crops, but here you can see, you know, water saving and large yield advantage. Then I selected spring maize and spring sunflower. That will be another problem of Punjab, spring maize. Number you can require for spring maize are as much as that of rice. There is need to talk to all the persons who need to get sunflower, otherwise it is giving very high yield. It is cultivated in cropping system after potato. So lot of fertilizer have been applied, wonderful yield, 90 quintals, 100 quintals, 80 quintals. Then about the vegetables. Then we are also working on the cropping system, called ultimately as the cropping system. So I have given the two most important cropping system. You can see here yield advantage, that's when you come to wheat and rice and sugar. Whenever the discussion, I always say that we should first go for orchards, particularly pinot, and then we should go to sugar cane, because sugar cane needs high quantity of water, and maybe sugar cane crop can be taken, possibly taken. But you can see here how much money is required. I will not go into detail. The machines are available, all those things. Then issue of paddy stock management. Data for 3 years, again estimate. This is not authentic data, these are data just surveyed by the, it is not data by the government. I'll just go to the bottom row. We could manage 20%. We could manage only 16%, but this year it is 57%. There are three options. First is using it as a mulch, leave it, leave it, what we call happy seeded, very famous machine, given by PAG in 2006. Or in corporation, we cut it, we spread it, and then use mold board, or maybe rotavator, or maybe anything. People are using simple cultivators also. Or maybe collection by lasers or manual, including basmati also, 5 hectare area. So 57% area. So again we are making progress. And these are the machines which PG does, PA Superstar management system, then mulcher, mold board clock. And then this cutter, then happy seeder, and you can see here the crop sown with happy seeder. Even though there are more emphasis by the government and PAU on happy seeder, but if you see that farmer adoption is much higher in this case, in case of incorporation. One reason may be that there is not much time in between rice harvesting and and planting of potato and mutton. So there is no other option. But
potato is being cultivated on 1 lakh a tail and peas on 35,000. So all that area has gone far. Up in competition, more and more. So that will be the reason. Then machines built. Then ex situ management. Using straw bailer, then we can use for mushroom production. I will come to mushroom later on also. We will be very good work. We can have compost, etc. But so crying over Punjabi both. ਕੀ ਕਰੀਏ ਹੋ ਗਈ ਮੱਚ ਤੇ ਯੂਜ ਕੀਤਾ ਜਾ ਸਕਦਾ ਵਾ ਬਾਇਓਗੈਸ ਪੀ ਏ ਜੀ ਦੇ ਵਿੱਚ ਅਸੀਂ ਲਾਇਆ ਬਾਇਓਗੈਸ ਪਲਾਂਟ ਪਰਾਲੀ ਦੇ ਨਹੀਂ ਅਜੇ ਪ੍ਰਚਲਿਤ ਨਹੀਂ ਹੋ ਰਿਹਾ ਬ੍ਰਿਕਸ ਦੇ ਕੰਮ ਕਰ ਰਹੇ ਹਨ ਸਿੰਸ 1990s ਇਟ ਇਜ਼ ਨੋਟ ਅ ਗੁੱਡ ਫਿਊਲ ਬਾਇਓਚਾਰ ਬਹੁਤ ਅੱਛਾ ਕੰਮ ਹੋਇਆ ਵਾ ਬਟ ਦੇਰ ਇਜ਼ ਅਨਡਿਜ਼ਾਇਰੇਬਲ ਗੈਸਿਸ ਦੇ ਆਰ ਪ੍ਰੋਡਿਊਸਡ ਇਨ ਬਾਇਓਗੈਸ ਕਾਰਡਬੋਰਡ ਯੂਜ਼ ਹੁੰਦਾ ਇੱਥੇ ਚੱਬੇ ਫੈਕਟਰੀ ਵੀ ਸੀ ਉਹ ਫੈਕਟਰੀ ਫੈਕਟਰੀ ਸਭ ਹੋ ਗਈ ਇਸ ਬਹੁਤ ਪਾਵਰ ਜਨਰੇਸ਼ਨ ਵੀ 7 ਪਲਾਂਟ ਹੈ ਉਹ 1 ਲੱਖ ਮੀਟਰ ਟਨ ਬਣਾਉਂਦਾ ਬਟ ਵਾਟ ਇਜ਼ ਦੀ ਇਫੈਕਟ ਮੈਨ ਵੀ ਲਗਾ ਹੀਅਰ ਸਮ ਐਕਸਪੈਰੀਮੈਂਟਲ ਡੇਟਾ ਇੰਟਰਸਟਿੰਗ ਡੇਟਾ ਦੈਟ ਫਸਟ 3 ਈਅਰਸ ਦੀ ਜੀਨ ਗੋਸ ਡਾਊਨ ਦਿਸ ਇਜ਼ ਔਰਗੈਨਿਕ ਆਰਮੀ ਐਕਸਪੈਕਟਡਲੀ ਦਿਸ ਇਜ਼ ਦੀ ਕਨਵੈਨਸ਼ਨਲ ਇਟ ਇਨਕਰੀਜ਼ਿਸ ਵਿਦ ਦੈਟ ਪ੍ਰੋਸੀਜਰ ਐਸ ਵਿਦ ਦੈਟ ਸਟਾਰ ਕਾਰਪੋਰੇਸ਼ਨ ਫਸਟ 3 ਈਅਰਸ ਦੀ ਦੇਰ ਇਜ਼ ਡਿਕਲਾਈਨ ਇਨ ਦੀ ਜੀਨ ਬਟ ਦੈਨ ਲੇਟਰ ਔਨ ਦੇਰ ਇਜ਼ ਇਨਕਰੀਜ਼ ਐਕਸਪੈਕਟਡ ਇਨਕਰੀਜ਼ ਬਟ ਫਸਟ 3 ਈਅਰਸ ਐਂਡ ਮਨੀ ਟੂ ਬੀ ਸਪੈਂਡ ਔਨ ਮਸ਼ੀਨ ਉਹ ਤਾਂ ਫਾਰਮਰ ਨੇ ਕਰਨਾ ਨਹੀਂ ਐਗਰੀਕਲਚਰ ਇਨਕਮ ਐਂਡ ਪ੍ਰੋਫਿਟ ਦਿਸ ਇਜ਼ ਅਗੇਨ ਇੰਟਰਸਟਿੰਗ ਸਲਾਈਡ ਦਿਸ ਇਜ਼ ਦੀ ਲੇਟੈਸਟ ਡੇਟਾ ਬਾਈ ਬੰਗਾਲ ਸਰਵੇ ਪੰਜਾਬ ਇਜ਼ ਨੰਬਰ 1 ਐਗਰੀਕਲਚਰ ਹਾਊਸ ਹੋਲਡ ਪਰ ਫੈਮਿਲੀ ਪਰ ਮੰਥ ਨੈਕਸਟ ਬੈਸਟ ਇਜ਼ ਹਰਿਆਣਾ ਐਂਡ ਦਿਸ ਇਜ਼ ਨੈਸ਼ਨਲ ਐਵਰੇਜ ਦਿਸ ਇਜ਼ But this is bigger analysis, those who are aware with national NSS, or National Sample Survey. 18,000, this is my pet slide about Kheti Sankat. 18,000 to 23, 5,000 increase, 14 to 18, again 4 to 5, here to 2,000 increase. Still we are number 1, but come over here from agriculture. We are number 1 and 50% higher than the second best. 10,900, 16,300, 50% higher. Who's to blame? What else we can do? When it comes to income from other sources, see what is happening there. At national level, 48% income is from other sources. ਕਿਸੇ ਨੇ ਛੋਟੀ ਦੁਕਾਨ ਪਾਈ ਆ ਕਿਸੇ ਨੇ ਛੋਟਾ ਕੰਮ ਕੀਤਾ ਟਰੈਕਟਰ ਪਾਇਆ ਅਤੇ ਲਿਆ ਵਾ ਮਾੜੀ ਮੋਟੀ ਨੌਕਰੀ ਕਰ ਰਿਹਾ ਵਾ ਹਰਿਆਣੇ 24% ਹੈ ਆਪਾਂ ਤਾਂ ਵਿਹਦੇ ਬੈਠੇ ਦਿਸ ਇਜ਼ ਕਰਾਕਸ ਆਫ ਦੀ ਪ੍ਰੋਬਲਮ ਵਨ ਸਾਈਡ ਦੂਜੀ ਸਾਈਡ ਜਦੋਂ ਖਰਚੇ ਵਾਲੇ ਪਾਸੇ ਆਉਂਦੇ ਉਹ ਆਈ ਦੈਟ ਦੈਟ ਇਜ਼ ਨੋਟ ਕਨੈਕਟ ਟੂ ਐਗਰੀਕਲਚਰ ਆਈ ਵਿਲ ਨੋਟ ਡਿਸਕਸ ਦੈਟ ਹੀਅਰ ਇਜ਼ ਦੀ ਪ੍ਰੋਬਲਮ ਮੇਰਾ ਵੀ ਖਿਆਲ ਹੈ ਤੋਂ ਜ਼ਿਆਦਾ ਅਸੀਂ ਕੁਛ ਪੰਜਾਬ ਕਰ ਸਕਦੇ ਹਾਂ ਪੀਜੀ ਕਰ ਸਕਦੇ ਹਾਂ ਫਾਰਮਰ ਕੁਛ ਕਰ ਸਕਦੇ What is happening? Input prices, output prices. This is, I think, wheat. Constant price was taken 2001. Current price and constant price, here the same. This is the system we got. 45% increase difference here. Profit of the 45% cut here. Similarly, either way. So it is a input price versus output price. Scientist or farmer can work only on productivity. Not only price, not only income, not only profit. There is another problem. We work for income. Char magar jane, profit magar nahi jane. But I am not discussing that. I am not. Now, suicide. Har saal wala banda badi suicide ho gaya. Ye 2000 tak hon rahe. ਨਵੇਂ ਸ਼ੁਰੂ ਹੋ ਗਏ ਇੱਕ ਹੀ ਹੋਏ ਮਾਣ ਇੱਕ ਵੀ ਮਾਣ ਪਿਛਲੇ ਜ਼ਮਾਨੇ 'ਚ ਬੱਚਿਓ ਸਾਡੇ ਪਿੰਡ ਸੁਇਸਾਈਡ ਇੱਕ ਹੋਇਆ ਸੀਗਾ ਅਤੇ ਪਿੰਡ ਵਾਲਿਆਂ ਨੂੰ ਧੁੱਖ ਨਹੀਂ ਮਿਲਦੀ ਹੁਣ ਅਖਬਾਰਾਂ ਦੇ ਵਿੱਚ ਅਤੇ ਟੀ ਵੀ 'ਤੇ ਵਾਰ ਵਾਰ ਫੋਟੋ ਹੁੰਦੇ ਆਈ ਸੈਂਟ ਵਟਸਐਪ ਟਾਈਮ ਲਿਮਿਟ ਨਹੀਂ ਆਈ ਸੈਂਟ WHO ਗਾਈਡਲਾਈਨ ਟੂ ਆਲ ਦੀ ਕੰਸਰਨ ਪਰਸਨਸ ਇੱਕ ਤੋਂ ਆ ਗਿਆ ਜੀ ਅੱਜ ਕੱਲ੍ਹ ਡਿਜੀਟਲ ਜ਼ਮਾਨਾ ਤੁਸੀਂ ਸਾਨੂੰ ਰੋਕਦੇ ਜੇ
ਨਾ ਨਹੀਂ ਮੈਂ ਕੋਈ ਦੁਆਰਾ ਚੁੱਕੀ ਮੈਂ ਕੋਈ ਨਹੀਂ ਰੋਕਦਾ ਮੈਂ ਤਾਂ ਇੰਟਰਨੈਸ਼ਨਲ ਬੋਡੀ ਯੂਨੀਅਨ ਬੋਡੀ ਦਾ ਜੋ ਵੀ ਹੈਗਾ ਉਹ ਤੁਹਾਨੂੰ ਗਾਈਡਲਾਈਨ ਦਿੱਤੀਆਂ ਸਿੰਪਲ ਗੱਲਾਂ ਦੱਸੀਆਂ ਕਿ ਫੋਟੋ ਨਾ ਉਖਾਓ ਖਬਰ ਨੂੰ ਪ੍ਰੋਮੀਨੈਂਸ ਨਾ ਦਿਓ ਉਹ ਹੈ ਗਲੋਰੀਫਾਈਡ ਗਲੋਰੀਫਿਕੇਸ਼ਨ ਆਫ ਜ਼ਰੂਰ ਕੋਮਨ ਪੈਟੀ ਵੀਟ ਕਰੌਪ ਸਿਕਸ ਦੇ ਜਿੰਨੇ ਇਸ਼ੂਜ ਆ ਆਪ ਨੂੰ ਸਾਰੇ ਜਾਂ ਤਾਂ ਇਕੱਲੇ ਝੋਨੇ ਕਰਕੇ ਆ ਜਾਂ ਝੋਨੇ ਲਗਾਉਣ ਕਰਕੇ ਗਰਾਊਂਡ ਵਾਟਰ ਡਿਪਲੀਸ਼ਨ ਇਜ਼ ਡਿਊ ਟੂ ਰਾਈਸ ਸਟਾਰ ਬਰਨਿੰਗ ਡਿਊ ਟੂ ਰਾਈਸ ਨਾੜਦੀ ਹੁੰਦੀ ਹੈ ਜਿੰਨੇ ਬੱਚੇ ਨੂੰ ਪਤਾ ਪਰਾਲੀ ਦੀ ਅਤੇ ਨਾੜ ਕੀ ਹੈ ਵੀਟ ਸਟਾਰ ਹੀ ਹੁੰਦੀ ਹੈ ਪਰ ਬਹੁਤ ਘੱਟ ਹੈ ਵੀਟ ਸਟਾਰ ਇਜ਼ ਮੋਸਟਲੀ ਯੂਜ਼ ਹੈ ਫਰਟੀਲਾਈਜ਼ਰ ਟੂ ਪੈਸਟੀਸਾਈਡ ਐਪਲੀਕੇਸ਼ਨ ਦਿਸ ਇਜ਼ ਅਨਦਰ ਪ੍ਰੋਬਲਮ ਕਹਿੰਦੇ ਗ੍ਰੀਨ ਰੈਵੋਲਿਊਸ਼ਨ ਦੇ ਨਾਲ ਪੈਸਟੀਸਾਈਡ ਆ ਗਏ ਵੀਟ ਇਜ਼ ਦੀ ਕਰੋਪ ਜਿਹ ਨਾਲ ਗ੍ਰੀਨ ਰੈਵੋਲਿਊਸ਼ਨ ਆਇਆ ਪਹਿਲਾਂ ਪੈਸਟੀਸਾਈਡ ਯੂਜ਼ ਵੀਟ ਦੇ 1990 ਸ਼ੁਰੂ ਹੋਇਆ ਐਫਰਟ ਜਦੋਂ ਆਇਆ ਬਿਕੋਜ਼ ਆਫ ਟੈਂਪਰੇਚਰ ਇਨਕਰੀਜ਼ ਐਫਰਟੇਚਰ ਨੂੰ ਕਮੀ ਕਰਦੀ ਹੈ ਸੋ ਫਾਰ ਦੇਰ ਇਜ਼ ਓਨਲੀ ਫੰਜੀਸਾਈਡ ਜ਼ਰੂਰ ਹੈਗੇ ਬਟ ਪੈਸਟੀਸਾਈਡ ਜਿਹੜਾ ਉਹ ਐਫਰਟ ਹੀ ਯੂਜ਼ ਹੋ ਗਿਆ ਮੈਂ ਥੋੜ੍ਹੀ ਆਇਆ ਸੀ ਚਲੋ ਥੋੜ੍ਹੀ ਬਹੁਤ ਦੈਨ ਪਹਿਲਾਂ ਜਿਹੜਾ ਲਾਰਜ ਸਕੇਲ ਦੇ ਉੱਤੇ ਪੈਸਟੀਸਾਈਡ ਯੂਜ਼ ਹੋਇਆ ਦੈਟ ਇਜ਼ ਮਜੈਟੀ 1975 ਦੇ ਝੋਨੇ ਵਿੱਚ ਜੇ ਪਿੰਡਾਂ ਦੇ ਹੈ ਮੈਂ ਨਹੀਂ ਪਤਾ ਪੜ੍ਹ ਚੁੱਕੇ ਨਾਲੇ ਫਕਲਟੀ ਵਾਲੇ ਕਿਹੜੇ ਹੈਗੇ ਝੋਨੇ ਦੀ ਗੋਡੀ ਕਰਨੀ ਏਡੀ ਔਖੀ ਜੇ ਮਚੈਟੀ ਨਾ ਹੋਵੇ ਦੇਅਰ ਕੁੱਡ ਨੈਵਰ ਹੈਵ ਬੀਨ ਇਨਕਰੀਜ਼ ਇਨ ਏਰੀਆ ਇਨ ਰਾਈਸ ਚਾਲੀ ਚਾਲੀ ਪੰਜਾਹ ਪੰਜਾਹ ਬੰਦੇ ਚਾਹੀਦੇ ਉਹ ਕੋਈ ਦੂਜੇ ਦਿਨ ਹੋ ਜਾਂਦੇ ਸੀ ਅੱਜ ਕੱਲ੍ਹ ਮਗਰੋਂ ਨਹੀਂ ਪੈ ਗਿਆ ਉਸੇ ਵੇਲੇ ਸੋ ਪੈਸਟੀਸਾਈਡ ਐਪਲੀਕੇਸ਼ਨ ਲਾਰਜ ਸਕੇਲ ਸਟਾਰਟਡ ਇਨ ਮਿਡ 1975 ਇਨ ਕੇਸ ਆਫ ਰਾਈਸ ਪਰ ਅਜੇ ਵੀ ਪੈਸਟੀਸਾਈਡ ਯੂਜ਼ ਜ਼ਿਆਦਾ ਵੈਜੀਟੇਬਲ 'ਚ ਹੋ ਰਹੀ ਕੋਟਨ ਜ਼ਿਆਦਾ ਦੈਨ ਹਾਰਟ ਪੈਨ ਜਾਂ ਕਾਰਲੀ ਹਾਰਟ ਪੈਨ ਹੈਜ਼ ਬੀਨ ਵੈਲ ਇਟ ਇਜ਼ ਡਿਊ ਟੂ ਰਾਈਸ ਫ੍ਰੀ ਸਪਲਾਈ ਆਫ ਇਲੈਕਟ੍ਰਿਸਿਟੀ ਰਾਈਸ 31,000 ਕਰੋੜ ਨੂੰ ਇਹ ਮੈਨੂੰ ਸਮਝਦੇ ਆਪਾਂ 31 ਕਿਉਂ ਕਹਿੰਦੇ ਹਾਂ 20 ਸਾਲਾਂ ਦੀ 270 ਕਰੋੜ ਹਰ ਮਹੀਨੇ ਜਾ ਰਿਹਾ ਉਹ ਤਾਂ 60-64 ਕਰੋੜ ਰੁਪਏ ਬਣ ਜਾਂਦਾ 270 ਕਹਿ ਰਹੇ 20 ਸਾਲ ਉਹਦੇ 'ਚ ਘੱਟ ਤੋਂ ਘੱਟ ਅੱਧਾ ਜਿਹੜਾ ਝੋਨੇ ਦਾ ਉਹ ਤੱਕ ਸੋ ਮੋਸਟ ਆਫ ਦੀ ਪ੍ਰੋਬਲਮ ਸੋ ਵੀ ਨੀਡ ਟੂ ਡਿਵਰਸਿਫਾਈ ਵਾਟਰ ਸੋਰਸਿਸ ਜਿਹੜੇ ਆਪਣੇ ਪਹਿਲਾਂ ਅਸੀਂ 16 ਲੱਖ ਕਹਿ ਰਹੇ ਸੀ ਹੁਣ ਦਾ ਸਟੇਟ 13.5 ਲੱਖ ਸਪੋਰਟ ਕਰ ਸਕਦੇ ਕਿਉਂਕਿ ਕਰੋਪਿੰਗ ਇੰਡਸਟਰੀ ਵਧਣ ਨਾਲ ਟੈਂਪਰੇਚਰ ਵਧਣ ਨਾਲ ਕਣਕ ਨੂੰ ਆਪਾਂ ਇੱਕ ਪਾਣੀ ਜ਼ਿਆਦਾ ਦੇਣਾ ਸੋ ਸਾਨੂੰ ਰਿਪਲੇਸ ਕਰਨਾ ਪੈਣਾ ਆਪਸ਼ਨ ਆਵਾ ਅਤੇ ਇਹ ਨਹੀਂ ਡਿਵਰਸੀਫਿਕੇਸ਼ਨ ਹੋਈ ਨਹੀਂ ਹੁੰਦੀ ਥੋੜ੍ਹੀ ਬਹੁਤੀ ਜਿੱਥੋਂ ਬਾਹਰ ਨੂੰ ਪੈਸੇ ਜ਼ਿਆਦਾ ਮਿਲਦੇ ਹੀ ਗੋਸ ਫਾਰ ਬੈਟ ਕਰੋ ਸੀ ਬਾਸਮਤੀ 2001 ਦਾ ਡੇਟਾ ਸੋ 1 ਲੱਖ ਤੋਂ 5.5 ਲੱਖ ਸਮਰ ਪਲਸਿਸ 6,000 ਤੋਂ 60,000 ਤੱਕ ਹੀ ਗਏ ਹੈ ਬਟ ਮੈਂ 21 ਸਾਲ ਦਾ ਡੇਟਾ ਲੈ ਰਿਹਾ ਮੈਕਸੀਮਮ 21,000 ਵੈਜੀਟੇਬਲ ਮੋਰ ਦੈਨ ਡਬਲ ਫਰੂਟਸ ਮੋਰ ਦੈਨ ਡਬਲ ਪ੍ਰੋਬਲਮ ਕੀ ਆ ਰਹੀ ਹੈ ਪ੍ਰੋਬਲਮ ਆ ਰਹੀ ਕਿ ਜਦ ਤੋਂ ਫਾਰਮ ਨੂੰ ਪੈਸੇ ਮਿਲਣੇ ਚਾਹੀਦੇ ਐਗ ਕੰਪਲੀਟ ਪ੍ਰੋਬਲਮ ਨਹੀਂ ਸਾਨੂੰ ਇਨਫੋਰਮੇਸ਼ਨ ਆਫ ਪ੍ਰੋਸੀਕਿਊਸ਼ਨ ਅਸੀਂ ਜਿਹੜਾ ਪਲਾਂਟ ਕੰਟੀਨਿਊ ਵਧਾਇਆ ਹੋਇਆ ਇਹ ਤੁਹਾਡੇ ਸਾਹਮਣੇ ਮੇਜਰ ਕਰੋਪ ਇਜ਼ ਗੀਨੋ ਫਰੂਟਸ ਜਦੋਂ ਗੱਲ ਕਰਦੇ ਹਾਂ ਨੈਕਸਟ ਇਜ਼ ਗੁਆਵਾ ਗੁਆਵੇ ਦੀ ਵਰਾਇਟੀ ਦਿੱਤੀ ਹੀਅਰ ਰੀਸੈਂਟਲੀ ਦਿੱਤੀ ਹੈ ਕਿਉਂਕਿ ਜਦੋਂ ਇੱਕਦਮ ਵਰਾਇਟੀ ਦਾ ਇਟਸ ਟਾਈਮ ਕੰਜ਼ਿਊਮਿੰਗ ਡਿਵਰਸੀਫਿਕੇਸ਼ਨ ਦੇ ਲਈ ਇਹਦੀ ਗੀਨੋ ਦੀ ਡਿਵਰਸੀਫਿਕੇਸ਼ਨ ਦੂਜੀਆਂ ਵਰਾਇਟੀ ਦਿੱਤੀ ਹੈ ਡੇਜ਼ੀ ਟੈਂਜਰੀਨ ਮੈਚਿਓਰਸ ਨੀਅਰਲੀ 2 ਮੰਥਸ ਆਫ ਈਅਰ ਦੈਨ ਗੀਨੋ ਐਂਡ ਡੋਲੀ ਮਾਰਕੀਟ ਇਜ਼ ਵੈਰੀ ਈਜ਼ੀ ਟੂ ਵੀ ਆਰ ਟੇਕਿੰਗ ਅਪ ਸਲੋਲੀ ਐਂਡ ਸਲੋਲੀ ਦੈਨ ਵਨ ਮੇਜਰ ਕੰਟਰੀਬਿਊਸ਼ਨ ਕਿਉਂਕਿ ਡਿਵਰਸੀਫਿਕੇਸ਼ਨ ਜ਼ਿਆਦਾ ਗੱਲ ਕਰਦੀ ਜੈਸੀ ਡਿਊਟੀ ਜੈਸੀ ਕੰਪੇਅਰ ਟੂ 21 ਐਵਰੇਜ ਨੰਬਰ ਆਫ ਸੀਟਸ ਵੀ ਹੈਵ ਓਨਲੀ 3 ਸੀਟਸ ਯੀਅਰ ਬਿਫੋਰ ਬਿਕਮਿੰਗ ਪਾਰਟਨਰ ਸੋ ਪ੍ਰੋਗਰੈਸ ਇਜ਼ ਦੇਅਰ ਪਰ ਪ੍ਰੋਬਲਮ ਕੀ ਹੈ ਦੇਅਰ ਹੈਜ਼ ਬੀਨ ਡਿਮਾਂਡ ਮਕਈ ਕਿੱਥੇ ਜਾਊਗੀ 50-60% MSP ਮਿਲ ਰਹੀ ਹੈ ਪ੍ਰੋਕਿਓਰਮੈਂਟ ਇਜ਼ ਇੰਪੋਰਟੈਂਟ MSP ਇਜ਼ ਨੋਟ ਇੰਪੋਰਟੈਂਟ 60% 50% MSP ਜਿੰਨੀ ਆ ਉਹ ਰੇਜ ਦੇ ਫਾਰਮ ਨੂੰ ਮਿਲ ਰਿਹਾ ਦੈਨ ਮਾਰਕੀਟਿੰਗ ਇਸ ਕੈਨ ਲੈਸ ਡਿਮਾਂਡ ਡਿਮਾਂਡ ਵੀ ਘੱਟ ਹੈ ਮਾਰਕੀਟਿੰਗ ਫਲਕਚੁਏਸ਼ਨ ਦੈਟ ਵਿਲ ਬੀ ਲੈਸ ਪ੍ਰੋਫਿਟੇਬਲ ਹਾਈ ਪ੍ਰੋਡਕਸ਼ਨ ਇਜ਼ ਲੈਸ ਮੈਕਨੇਸ਼ਨ ਇਨ ਕੇਸ ਆਫ ਵੀਟ ਐਵਰੀਥਿੰਗ ਇਜ਼ ਮੈਕਨਾਈਜ਼ਡ ਐਂਡ ਇਨ ਕੇਸ ਆਫ ਰਾਈਸ
rice transplanter planting is not, but we have very good rice transplanter. Jadon labor prices up jaandiyan, we have the issue. Absolutely, no problem. But dujiyan crops vich, khas karke vegetables and fruits, both are mechanization. So, it is difficult. Then even climate change is going in favor of rice. Meh jyada pai gaya, sabjiyan nahi hain, makai da nuksan jyada hoga, nalma jyada chajuga hetha, nuksan jyada hoga. Rice da thoda bahut nuksan ho jayega, jo hai meri de vich. Je drought aa gayi, te farmer ne kyo ki sab to remunerative crop, if you see here, rice is more remunerative than wheat. Yes, you can see here, for the first time in the history of potato in Punjab, there is glut for 3 years, only 1 year last year was. So, reservation karna matlab puri. We have to have demand, we have to have marketing, good marketing. Agriculture is good, sure. So, we were at the next slide. Yeah. Jadon government ji ya Punjab government should have MSC, Punjab government should procure. Punjab government ki karo. There is no country where each and every crop is procured or sold in MSP hove. And even in case of wheat and rice is not procured throughout India. It is only in some states. Akhbaran par jaandi hai. Just shutting our eyes, can national level take this area. Then, value addition and processing will change. Farm machinery and equipment, these things are lacking. Then, strengthening or such, let a control such itself. And I say, two institute, I say, a cutter check had a bunch. Cutter Kale Institute, it was nice, headquarters, 3 years, so I remember the figures of that time. I saw the chief scientist, Hyderabad Village, the big chief scientist, Veer Tech Institute at Karnal, the big chief scientist, the Sari Pulse Lake Institute at Anpur. How one institute can compete? So even with such efforts, because rice is still the number one staple crop. Nation needs rice. Koi government policy got me. When I worked at headquarters, in ICR headquarters, I used to say the same thing about common India saying. So even in the case of such, productivity, stability, only in a cross genie, wheat and rice here. So other research are possible. Then we didn't educate anybody that diversification required for stability and profit may or may not enhance income. Rice wheat under the present circumstances, the yield income jyada hogi than rice maize. Only the income ji gal karange, the profit ji gal karange, ho sada maize nu thoda jya advantage mil jaye. Kyunki pani vagaira nahi hai, par pani apan free de rahe. But still advantage mil jaye. Wheat after maize yields higher than wheat after rice. So there will be some advantage. But we did not educate anybody. It's a question of sustainability. Diversification for only farmers in Kambaji. Other than quinoa, there was glut last year in all fruits and vegetables. Thode bahut guava bacha si. Guava has come as a mango crop. Now we have identified some niches. I will not go into detail, but these are where we already started some work and these we are going to start. But rice no replace karna. Both are available. Under present circumstances, it's very difficult to work on small niches, provide technical support, and also link with the market. I have a quote on experience of pulses that have rolled up there. I was in that committee. Okay, procurement money, JDA, Pranitanakarma. I said, okay, summer will be very short crop. Or, Nadane. Mudampur Dakhile Kol, Yilangpur, Kafi area. It's a procurement from Jai, wrote letter, Punjab government wrote letter, but no central government is to worry about India. They procure from other places.
So, kis tarah hogi versus kitchen under present policy circumstances or even sensing of the structure of the system. Now, versus kitchen rules of economy. I will not touch dairy, etc. Pehli gal tan bahut important feel karda hu jab toh phir discuss karna hoga number 2 time constraint karke main I accept for one slide I know un so baad de vich PAU ne introduce kiti si and central government was annoyed at that time to such an extent that I saw wrote a letter ke tusi baro insect gaya da in the strike ho sa PAU continued. Now we are producing nearly 40% of our PAU. Not only that, equipment you go change, then they have to come down. Or how to make technology. Then mushroom, 14%, but still we are number one. And we are not technology for year on cultivation of mushroom. Then processing and nutrition, that's another important thing when we talk about. Then Pepsi came. Again, at that time, you and Kayoki don't have the varieties which can be processed of citrus. Why PU will work on some variety, development of variety for which there is no market? PU will work varieties which are for the market. So then we reoriented the work, and now you can see around the Mahdi that we have different types of varieties which are processing. Processing technologies. First three one are with the Punjab Agro Juice Limited, they are taken from us. Others are with the private sector. And others I have not listed all are extremely important, which are available for commercialization. And we are also working on maize too. Well, that's one area which is not elected. Sorry. Then post-art technology, drying and storage system, washing and polishing machines, packing systems. Then we have established, the more cases here, food industry business provision center at Ludhiana. Got grant from ICR, 100 crore grant. I was the first minister to get that grant. That grant, that much grant. First year it was an initial census, IASR. Initial census, not as they got it. We got it. They got it. Close, we got it. So with that we established that. My request to all colleagues that please send whosoever want to learn there. They bring their raw material. We have all sort of arrangement to. We must have some sort of entrepreneurship among the youth. But you koi jamana si jadon assi khabuje sirf ghar khaan li biji da si farm house te aagi na tiji rehnda si padda si ਸਾਡਾ 6 ਏਕੜ ਦੇ ਘਰ ਦੇ ਕੋਲ ਸੱਚ ਖਰਬੂਜੇ ਬੀਜ ਰਹੇ ਅਤੇ ਇੱਕ ਸਾਲ ਖਰਬੂਜੇ ਬਹੁਤ ਜ਼ਿਆਦਾ ਹੋਏ ਅਤੇ ਬਜ਼ੁਰਗ ਕਹਿੰਦੇ ਨਹੀਂ ਵੇਚਣੇ ਨਹੀਂ ਗਏ ਵਪਾਰੀ ਆਏ ਨੇ ਬੱਚੇ ਖਾਣਗੇ ਉਹ ਰਹਿਣ ਸਹਿਣ ਹੋ ਸਕੇ ਜਿਵੇਂ ਕਿਤੇ ਖਰਬੂਜੇ ਜ਼ਿਆਦਾ ਨਾ ਮੈਨੂੰ ਕਹਿਣਾ ਗੁਜ਼ਰੇ ਪਰ ਛੱਡ ਕੇ ਵੇਚ ਲਿਆ ਮੇਰਾ ਪਿਓ ਵੈਟਰਨਰੀ ਡਾਕਟਰ ਸੀ ਮੇਰਾ ਪਿਓ ਪਿੰਡ ਦਾ ਪਹਿਲਾ ਸਰਪੰਚ ਸੀ ਈਵਨ ਦੈਨ ਆਈ ਯੂਜ਼ ਟੂ ਸਿਟ ਔਨ ਦੀ ਰੋਡ ਐਂਡ ਸੈਲ ਦੀ ਮਸਕਮੈਨ ਜਿੱਥੇ ਜ਼ਿਆਦਾ ਆਉਂਦੇ ਸੀ ਆਉਂਦੇ ਜਾਣੇ ਮੈਨੂੰ ਯਾਦ ਨਹੀਂ ਕਿੰਨੇ ਕਿਦੋ ਦਿਨ ਆਉਣਾ ਜਿੰਨੇ ਕਹਿੰਦੇ ਕਹਿੰਦੇ ਪਤਾ ਆਉਣਾ ਜਾਂ ਨਿਆਣੇ ਹੁੰਦੇ ਸਨ ਕੀ ਹੁਣ ਬੱਚੇ ਕੀ ਕਰ ਰਹੇ ਕਿਸ ਪਾਸੇ ਜਾ ਰਹੇ ਬੱਚਿਆਂ ਦਾ ਸਕੂਲ ਨਹੀਂ ਸਟਾਰਟ ਹੋ ਗਿਆ ਵੀ ਆਰ ਨੋਟ ਏਬਲ ਟੂ ਗਿਵ ਦੈਟ ਨੇਮ ਟੂ ਦੀ ਚਿਲਡਰਨ ਜਿਹੜੇ ਸਨ ਸਾਡੇ ਮਾਂ ਬਾਪ ਦੇ ਸੋ ਉਸ ਪਾਸੇ ਤੁਰਨਾ ਹੋ ਪ੍ਰੋਸੈਸਿੰਗ ਵਾਲੇ ਪਾਸੇ ਮੈਨੂੰ ਇਹ ਵੇਲੇ ਪੰਜਾਬ ਦੀ ਖੇਤੀਬਾੜੀ ਦੇ ਦੋ ਹੀ ਹੱਲ ਲੱਗਦੇ ਆ ਜਾਂ ਤਿੰਨ ਚੀਜ਼ਾਂ ਕਹਿ ਦਿਓ ਪ੍ਰੋਫਿਟ ਵਿੱਚ ਸੋਚੋ ਇਨਕਮ ਦੀ ਨਾ ਸੋਚੋ ਪ੍ਰੋਸੈਸਿੰਗ ਵਾਲੇ ਪਾਸੇ ਜਾਓ ਮਾਰਕੀਟਿੰਗ ਠੀਕ ਕਰੋ ਸਭ ਕੁਛ ਜਾਂ ਆਪਣਾ ਵੈਸਟਰਨ ਬਾਰਡਰ ਖੁੱਲ੍ਹੇ ਅਤੇ ਥੋੜ੍ਹਾ ਬਹੁਤ ਟੂਰਿਜ਼ਮ ਅਤੇ ਵਪਾਰ ਟ੍ਰੇਡ ਪਤਾ ਨਹੀਂ ਅੱਗੇ ਲੱਗ ਜਾਣੇ ਕੀ ਹੋਊਗਾ ਦੈਨ ਉਹ ਲੈ ਕੇ ਛੋਟਾ ਬਠਿੰਡੇ ਵੀ ਕੀਤਾ ਦਿਸ ਇਜ਼ ਵੈਰੀ ਗੁੱਡ ਸਿਟੀ ਪਲੀਜ਼ ਸੈਂਡ ਐਨੀ ਬੋਡੀ ਐਨੀ ਟਾਈਪ ਆਫ ਟ੍ਰੇਨਿੰਗ ਵੀ ਹੈਵ ਆਲਮੋਸਟ ਆਲ ਟਾਈਪ ਪ੍ਰੋਸੈਸਿੰਗ ਮਸ਼ੀਨਸ ਦੈਨ ਕੁਛ ਅਸੀਂ ਪ੍ਰਾਇਮਰੀ ਐਗਰੋ ਪ੍ਰੋਸੈਸਿੰਗ ਸੈਂਟਰ ਦੇ ਵਿੱਚ ਟੈਕਨੀਕਲ ਸਪੋਰਟ ਦਿੰਦੇ ਹਾਂ Here are the details. Depending on kira ram heel hagal, wo sarna, mini rice, me la ta chati, baby oil, explore, masin salva, kaya kiki vetsu. Any cost only hai, or any profit hai, per month. I will say reasonable profit. We are trying with the government, ke oh, koji te subsidy hai. Trying for past 2-3 years, but not successful because of various reasons.
and Louis has quoted a 302. Technically speaking. We have followed. Main yellow time hota hai. I will be very fast. Science aa gayi hai, tuhanu pata hona. We have built as well interdisciplinary prof soil engineering interface for water management research. Somebody sitting in the soil science department of the government department of the engineering. Breeding water and nutrient use efficiency crops. I will come to breeding later on. Then focus on cropping system. That is one thing which is left. Water recycling is left. Assessment of size application of water and nutrient use efficiency. Sensor technology is both again and again. Aapko share hai. Biofertilizer kam acha ho gaya. Slowly is usually we are working a little bit. Digital platform, that is very very important. Information technology, the other track is farm rows di jaave par wo depend on database bahut hota hai. Then research and extension support for awareness creation as well as Punjab ki society awareness creation bahut zyada hota hai, and we are working along with Punjab government and World Bank. Ye direct paise de dete hain in spite of free university. Then of course regulatory legislation, etc. Paddy soil management de vich institute degradation ho jaye, machine nu acha kita jave, mushroom production under field net khara sa ite kuch kaam karan je utthe kuch china ton pata lage ko kar raha hai field de vich spam gala sabhe ka so that we have opportunity to do much. Then working institute degradation itself, we started this work in 2013-14 in kuch kar rahe hain but we progress khas nahi. And I believe, I have been encouraged my belief that there is no such way, there is no failure. If we are succeeding all the time, it is repetition, it is not such. So we are struggling. Even Punjab government has announced $10 million for this project. We can get much interest. You can see here, there is something from UK also. Now, pest management, integrated pest management, the yellow infestation, so far, emphasis has been unknowingly on pesticides, chemical pesticides, gene pyramiding to fruit spectrum and derivatives and resistance. Then we have to be preemptive supply because climate change is very, very important. Then again in food processing, nutrition processing and food science cathe will become important. Emphasis on horticulture has to be there, but Punjab has to decide how much area we can put under horticulture. Already there is glut in all the crops except for here. Development technology to manage gluts, study of supply and value chain, it's very very important. Many talk of perishable quantity, whether it is food or it is a vegetable, we must have value chain data and tool chain. Everything should be there, good market city, packaging, grading, washing, etc., etc. Then entrepreneurship development, then I did analysis plant nutrition. I will definitely speak more on this. Market selection, we are already using on large scale. We have already given the varieties where we have put in genes from related wild species in case of wheat. In case of, we also give zinc fortified wheat variety, which is first one in India. Zinc is very serious micronutrient. Then we are again first university, not only university, first public sector institution to give GM variety. Then the R variety of rice, material resistant genes from other species. Then here you can see from wild species. These are already in the field. These are only tests from again from wild species also. This is DC cotton. Then again wild species in case of vegetable also we are working. Then premium crops also we are working. Then coming to genome projects, we are part of wheat center. Ek minute ke liye prof ji niche baitha the, kuch sana kariye prof ji baitha. I tried as director such as well as vice chancellor to develop network of universities in India to work on biotechnology. I failed both times. This is university of interesting part. We are all simply scratching. दुनिया इन्नी अगे लंघ गई है
So we are part of the international regional project. Then we are working on moving as a scholar. Transcriptomes also in government local. Genome editing. I don't know what that means. What system data for this has. But we are working. Then speed breeding. Speed breeding very simple. This is a new term which has come. Like we are talking about it. It is that chambers. Not chambers. B is missing. Microprotection game very simple. We are very good labs, etc. In certain fields we have been very well. But in certain areas, nanotechnology, we have good learned that so far no good outcome. Remote sensing, there is Punjab Remote Sensing Institute, supported Punjab government in PG campus itself, but again, scratching. New sciences, I have done all of them together because. And few days back, there is in a report that Chinese have created mini lunar biosphere and they have germinated a seed there. Where are we? The challenge of climate change. Last 40 years, 1 degree increase is there. Relative humidity has increased. Rainy days have increased. Erratic rainfall is there. Greenhouse gases, that's expected. Then, what is the effect of enhanced temperature? There is a big problem of intuitive, which is affecting here. This is the prediction, but as so far, yield is not affected. And if you see the data, what lab, in India, the most pronounced effect will be on Punjab, Haryana, and Pakistan, Punjab, or climate change. Then decline in wheat yield for every degree increase in temperature, so far it has not happened anyway. Horticulture crop acquiring, chilling will be affected. Fair is affected to some extent, because only service area of Southland, fair is affected. Then incidence of pesting diseases. New pesting diseases are bound to come as temperature increases, as random increases. Then positive effect of this. With carbon dioxide increase, there will be better photosynthesis. Then with shorter duration, multiple cropping, we can have 3 crops rather than 2 crops. Then climate change resilience technology, mobilizing the genes I discussed already, particularly from wild sources, wild relatives. They have the ability to resist to tolerate all these stresses. Then developing climate resilient production technology, everything will change. With little bit shorter duration, and swing time change, everything will change. It has been a multi-dimensional increase in research agenda. Then crop protection technology for disease pests are likely to new. Weather forecasting has to be better. It's now, I think we are making good progress. Then decision support system have to be there. So on your crop diversification, strengthening research in alternative crops, strengthening collaboration among research institutes. What is happening? University are being bifurcated, trifurcated, quadrifurcated. Agriculture University, then Horticulture University, Animal Science University, and Fishery University. On the other hand, we say that the farming system should be there. Strength and linkage with industry, this is another very serious problem. For the accommodation of our age, we were tuned to work for public, not for industry. We hesitate to approach industry, and industry doesn't come to us. Whatever good variety, good biofertilizer, we want, farmers should get it at cheap rate.
whereas they want issue IP, etc., etc. Then urban agriculture, vertical farming, hydroponics, etc. It has very good scope, and we are now giving some importance. We are also working on this. Focus production processing technology. The problem is again, ICR, national level, and agriculture, the mandate was only production. I told you when I joined PhD program, Dr. Swaminathan was director, and when I spoke, he said, this is not good that only processing institute, technology institute, CFTRI, is with CSAR. It should be with ICR. At that time, we never understood. Of course, now ICR has institute, CIFRS, there's some institute of production in internal. But that gap continued up to, I will say, it's only now we are coming together, etc. But the correction factor should have been there in 80s, I will say. Then market intelligence, market linkage, etc. Very, very weak. Skill development is again very important. Everybody who passes plus two, he can get admission somewhere. If you have a good name, you can get a good name. You can't get a good name. Plus two, you can get a good name. 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 So, skill development is very, very important. So we have started some skill development courses on almost all the things, need-based issue department. These help us in that context. Outreach again, very important, linking industry, strengthening of extension activities. Then last year, awareness creation among the life department regarding issues and among this society. Then, Kisan Mela, we are proud of our linking department. I have not seen such a good link, such a strong location. We have presence in every district headquarters. We have 18 Krishi Vigyan Kendra and then other 21 districts. The Dhillon has taken out other districts. We have farm daily service. We have 3 centers, 2 to 3, dependent on the. We have farm water. We have Kisan app. We just launched it in September 2018. And now we have nearly 200 farms using it. Weekly digital newspaper goes to 500 farms, row 3 number, 200 WhatsApp groups. Now higher education is important. Everything depends on education. Mushroom of colleges, universities. Worked hard on this Punjab State Council for Agricultural Education Act. I was a member of ICR committee also. Tried at ICR level also, then got stuck up. Now all course it is. And I think things should improve. Ultimate objective, from productivity or from income, we should go for profit. From produce to product, do agro processing, some sort of process. Then food to nutrition security. Then present farming to precision farming, need-based application of inputs. One slide about video also. And to that 1,000 crore institute of excellence. From agriculture side, only 2 institutes are identified. As institutes, I mean as specialized institutes. Along with IIM, Ahmedabad, IIM, it is ICRMPA. 2017, we got best institution award of ICR. PE was the first one to get the award. Then ICR introduced in 1995. Second time we got in 2017. Then ranking, Dr. Patisar told already. Not only that, among all state universities, including this very university, including Punjab University, Central University, Punjabi, or any other state university, we are on the top in CAE-ICR citation index in terms of publication and in terms of citations, even though agriculture, Merriam best publication in a citation book, giving both Merriam publication and citation, whatever. Maybe some, could you call me something here? Again, I will talk on citation also, what are the limitations. And rank first. I told I did my PhD at IR. And at that time, very eminent net system out there, simply outstanding. I always thought that IR is better than us, for development to landmark that is. But in 2016, Indian Institute of Gender and Family Building, which is located headquarters at New Delhi, they did the analysis. PhD came number one, followed by Panth Nagar.
Thank you very much.